ਲੋਕਾਂ ਦਾ ਜਿਹੜਾ ਮੇਨ ਕਾਰਨ ਕੀ ਆ ਬਾਹਰ ਮੂਵ ਚੇਹ ਨੂੰ ਮੈਂ ਪੁੱਛੇ ਤੇਰੇ ਬਾਹਰ ਜਾਂਦਾ ਰੀਜ਼ਨ ਕੀ ਹੈ ਉਹਨੇ ਮੈਨੂੰ ਕਿਹਾ ਸਰ ਮੇਰੇ ਸਾਰੇ ਕਾਗੇ ਤੁਹਾਡੇ ਸਾਹਮਣੇ ਪਏ ਆ ਤੁਸੀਂ ਦੇਖੋ ਮੇਰੀ ਤਨਖਾਹ 10 ਤੋਂ 12000 ਰੁਪਏ ਆ 10 ਤੋਂ 12000 ਤਨਖਾਹ ਮਿਲਣ ਵਾਲੇ ਬੱਚੇ ਨੂੰ ਜਿਹੜਾ ਇੱਕ professionel electrician ਹੈ ਤੇ ਇਹਦੇ ਨਾਲੋਂ ਮੈਂ ਕਹਿੰਦਾ 100 100 ਗੁਣਾ ਵੱਧ ਉਹਨਾਂ ਨੂੰ ਤਨਖਾਹ ਮਿਲਦੀ ਹੈ ਪੈਸੇ ਕਮਾਉਂਦੇ ਆ ਸੋ ਉਸ ਸੋਸ਼ਲ ਸਿਕਿਉਰਿਟੀ ਫਾਈਨੈਂਸ਼ੀਅਲ ਸਿਕਿਉਰਿਟੀ ਸਾਰੀ ਚੀਜ਼ਾਂ ਨੂੰ ਦੇਖ ਕੇ ਲੋਕ ਬਾਰ ਨੂੰ ਭੱਜਣ ਦਾ ਕਰਦੇ ਕਿ ਜੇ ਪਰਮਨੈਂਟ ਰੈਜ਼ਿਡੈਂਸੀ ਲੈ ਸਕੀਏ ਤੇ ਬਹੁਤ ਹੀ ਵਧੀਆ ਗੱਲ ਹੈ ਇੱਕ ਪੂਰੀ ਫੈਮਿਲੀ ਪੂਰੀ ਪਰਿਵਾਰ ਲਈ ਮੈਨੂੰ ਇਹ ਨਹੀਂ ਪਤਾ ਲੱਗਾ ਕਿ ਇਹ ਜਿਹੜੇ ਵੀਜ਼ੇ ਖੁੱਲਦੇ ਜਾਂ ਬੰਦ ਹੁੰਦੇ ਆ ਇਹ ਕਿੱਥੋਂ ਖੁੱਲਦੇ ਤੇ ਕਿੱਥੇ ਬੰਦ ਹੁੰਦੇ ਆ ਔਰ ਸੈਕੰਡਰੀ ਪਰਮਨੈਂਟ ਰੈਜ਼ਿਡੈਂਸੀ 'ਚ ਵੀ ਅਜਿਹਾ ਕੁਝ ਹੁੰਦਾ ਪਰਮਨੈਂਟ ਰੈ residency ਪਿਛਲੇ ਬਹੁਤ ਹੀ ਸਾਲਾਂ ਤੋਂ ਚੱਲਦੀ ਆ ਰਹੀ ਬੰਦ ਕਦੇ ਨਹੀਂ ਹੋਈਏ ਕਦੇ ਕੋਟਾ ਘਟਦਾ ਹੈ ਕਦੇ ਵਧਾ ਦਿੰਦੇ ਸਰਕਾਰ 2020 ਚ ਜਦੋਂ ਤਾਲੇ ਲੱਗੇ ਸੀ ਆਸਟ੍ਰੇਲੀਆ ਨੂੰ ਵੀ ਕੈਨੇਡਾ ਨੂੰ ਵੀ ਜਦੋਂ ਇਹਨਾਂ ਨੇ ਮਾਈਗ੍ਰੇਸ਼ਨ ਬੰਦ ਕੀਤੀ ਸੀ ਬੰਦ ਸਾਡੇ ਵੱਲੋਂ ਆਪਾਂ ਇੱਥੇ ਕਹਿੰਦੇ ਰਹੇ ਕਿ ਬੰਦ ਕੀਤੀ ਬਟ ਉਹਨੂੰ ਪੌਜ਼ ਕੀਤਾ ਗਿਆ ਬਹੁਤ ਸਾਰੇ ਸਟੱਡੀ ਵੀਜ਼ੇ ਦੇ ਕੇਸਾਂ ਦੇ ਵਿੱਚ ਵੀਜ਼ਾ ਅਫੀਸਰ ਕੋਲ ਇੱਕ ਬੜਾ ਵਧੀਆ ਬਹਾਨਾ ਹੁੰਦਾ ਉਹ ਆਮ ਹੀ ਰਿਫਿਊਜ਼ਲ ਲੈਟਰ ਦੇ ਵਿੱਚ ਇੱਕ ਲਾਈਨ ਲਿਖ ਦਿੰਦੇ ਆ ਕਿ ਤੁਹਾਡੀ ਜਿਹੜੀ ਕੰਟਰੀ ਦੀ ਇਕਨੋਮਿਕ ਕੰਡੀਸ਼ਨ ਠੀਕ ਨਹੀਂ ਹੈਗੀ ਦੋ ਗੱਲਾਂ ਇਹਦੇ ਵਿੱਚ ਜੀ ਦਾਰ ਜੀ ਪਹਿਲੀ ਗੱਲ ਤਾਂ ਜਦੋਂ ਆਪਾਂ ਸਟੱਡੀ ਵੀਜ਼ਾ ਅਪਲਾਈ ਕਰਦੇ ਆ ਆਪਾਂ ਇੱਕ ਜਿਹੜੀ ਸਟੇਟਮੈਂਟ ਆਫ ਪਰਪਸ ਆਪਾਂ ਲਿਖਦੇ ਆ ਬੱਚਾ ਕਿ ਲਿਖਦਾ ਉਹਦੇ ਵਿੱਚ ਲਿਖਿਆ ਜਾਂਦਾ ਕਿ ਮੈਂ ਆਪਣਾ ਫਿਊਚਰ ਪਰਸਪੈਕਟਿਵ ਆਹ ਕੋਰਸ ਕਰਨ ਤੋਂ ਬਾਅਦ ਕਿੱਥੇ ਦੇਖ ਰਿਹਾ ਹਾਂ ਜੇ ਉਹਦੇ ਚ ਆਪਾਂ ਜਿਹੜਾ ਆਪਾਂ ਤਾਂ ਦੇਖੋ ਰੀਜਨਸ ਨੂੰ ਕਾਊਂਟਰ ਕਰਨਾ ਜਿਹੜੇ ਰੀਜਨ ਉਹ ਰਿਜੈਕਸ਼ਨ ਦੇ ਪਾਉਂਦੇ ਰਹੇ ਐ ਹੁਣ ਵੀ ਜਿਹੜੇ ਪਾਉਂਦੇ ਐ ਉਹ ਕਾਊਂਟਰ ਕਰਨ ਲਈ ਸਾਨੂੰ ਆਹ ਮੈਂਸ਼ਨ ਕਰਨਾ ਮੈਂ ਜਦਕੀ ਸਾਨੂੰ ਪਤਾ ਹੁੰਦਾ ਕਿ ਬੱਚਿਆਂ ਨੇ ਉੱਥੇ ਜਾ ਕੇ ਸੈਟਲ ਨਹੀਂ ਹੋਣਾ ਉਹ ਅਜਿਹੇ ਬੱਚੇ ਵੀ ਬਹੁਤ ਸਾਰੇ ਸਟੱਡੀ ਵੀਜ਼ਾ ਵੱਲ ਭੱਜਦੇ ਆ ਇਹਦਾ ਕੀ ਕਾਰਨ ਆ ਕਿਉਂਕਿ ਸਟੱਡੀ ਵੀਜ਼ਾ ਦੀਆਂ ਤਾਂ ਬਹੁਤ ਸਾਰੀਆਂ ਫੀਸਾਂ ਵੀ ਨੇ ਉਹ ਵਾਕਈ ਪੜਨਾ ਚਾਹੁੰਦੇ ਨੇ ਜਾਂ ਫਿਰ ਉਹਨਾਂ ਕੋਲ ਜਿਹੜੀ ਇਨਫੋਰਮੇਸ਼ਨ ਆ ਉਹ ਪ੍ਰੋਪਰ ਨਹੀਂ ਹੈਗੀ ਸਰਕਾਰਾਂ ਕਰਕੇ ਵੀ ਕੀ ਇਫੈਕਟ ਪੈਂਦਾ ਇੱਥੇ ਜਿੱਥੇ ਇੱਕ ਸਟੂਡੈਂਟ ਬੈਚਲਰ ਡਿਗਰੀ ਕਰਕੇ 2-3 ਸਾਲ ਦਾ ਤਜਰਬਾ ਲੈ ਕੇ ਜਦੋਂ ਉਹ ਪੀਆਰ ਅਪਲਾਈ ਕਰ ਸਕਦਾ ਹੈ ਸਾਡੇ ਵੱਲ ਜਾਂ ਸਾਡੇ ਕੋਲੇ ਜਦੋਂ ਇਹ ਜਿਹੇ ਐਪਲੀਕੈਂਟਸ ਆਉਂਦੇ ਅਸੀਂ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਪੀਆਰ ਲਈ ਐਲੀਜੀਬਲ ਹੋ ਬਟ ਉਹ ਪ੍ਰੋਫੈਸ਼ਨਲ ਆਪਣੇ ਪ੍ਰੋਫੈਸ਼ਨ ਵਿੱਚ ਜਾ ਕੇ ਕੰਮ ਕਰਕੇ ਜਦੋਂ ਦੇਖਦੇ ਕਿ ਉਹ ਇੱਕ ਐਵਰੇਜ ਪੇਸਕੇਲ ਹੈ ਉਸ ਤੋਂ ਵੀ ਥੱਲੇ ਉਹਨਾਂ ਨੂੰ ਤਨਖਾਹ ਮਿਲਦੀ ਹੈ ਉਸ ਤੋਂ ਬਾਅਦ ਕੋਈ ਜੌਬ ਸਿਕਿਉਰਿਟੀ ਨਹੀਂ ਹੈਗੀ ਮਤਲਬ ਸਰਕਾਰਾਂ ਤੋਂ ਸਾਡੇ ਇੱਥੇ ਦੇ ਸਿਸਟਮ ਤੋਂ ਉਹ ਬੱਚੇ ਇਹਨੇ ਅੱਕ ਚੁਕੇ ਆ ਕਿ ਉਹ ਚਾਹੁੰਦੇ ਆ ਕਿ ਭਾਵੇਂ ਸਾਡਾ 10-12 ਲੱਖ ਰੁਪਏ ਵੱਧ ਲੱਗੇ ਬਟ ਅਸੀਂ ਤਿੰਨ ਜਾਂ ਚਾਰ ਮਹੀਨੇ ਚ ਨਿਕਲ ਜਾਈਏ ਇੱਥੋਂ ਕਿ ਕਨੇਡਾ ਆਸਟ੍ਰੇਲੀਆ ਦੇ ਵਿੱਚ ਜਾਂ ਹੋਰ ਕੰਟਰੀਆਂ ਦੇ ਵਿੱਚ ਵੀ ਅਜਿਹਾ ਹੈ ਜਾਂ ਇੱਕ ਸਪੈਸੀਫਿਕ ਸਕੋਰ ਲੈਣਾ ਹੀ ਪਏਗਾ ਜੇ ਅਸੀਂ ਗੱਲ ਕਰੀ ਅਸੀਂ ਜੇ 877 ਦਾ ਜਿਹੜਾ ਇੱਕ ਦਿਮਾਗ ਸਾਡੇ ਇੱਕ ਜਿਹਨੂੰ ਕਹਿੰਦੇ ਡਾਊਟ ਪਿਆ ਹੋਇਆ ਹੈ ਉਹ ਇਸ ਕਰਕੇ ਪਿਆ ਕਿ ਅਸੀਂ ਸਿਰਫ ਟੌਪ ਦੀ ਚੀਜ਼ ਨਾਲ ਆਪਣੇ ਆਪ ਨੂੰ ਕੰਪੇਅਰ ਕਰਦੇ ਹਾਂ ਕਿ 877 ਆਇਆ ਸਾਡਾ ਸਕੋਰ ਆਹ ਜੀ 450 460 70 ਬਣ ਗਿਆ ਕੱਟਆਫ ਇੰਨਾ ਆ ਰਿਹਾ ਜੀ ਤਾਂ ਆਪਾਂ ਉਹਦੇ ਨੇੜੇ ਪਹੁੰਚਣਾ ਉਹਦੇ ਨੇੜੇ ਪਹੁੰਚਣ ਲਈ ਤੁਹਾਨੂੰ 877 ਜ਼ਰੂਰ ਚਾਹੀਦਾ ਬਟ ਇਹ ਜਿਹੇ ਪੀਐਨਪੀ ਪ੍ਰੋਗਰਾਮ ਪਾਇਲਟ ਪ੍ਰੋਗਰਾਮ ਇੰਨੇ ਪ੍ਰੋਗਰਾਮ ਨੇ ਜੇ ਤੁਸੀਂ 5 5.5 6 ਬੈਂਡ ਨਾਲ ਵੀ ਅਪਲਾਈ ਕਰ ਸਕਦੇ ਹੋ एलिਜੀਬਿਲਟੀ ਬਣਦੀ ਹੈ ਬਟ ਇਹ ਤੁਸੀਂ ਦੇਖਣਾ ਹੈ ਟ੍ਰੈਂਡ ਦੇ ਹਿਸਾਬ ਨਾਲ ਕਿ ਕਿਹੜੇ ਕਿਹੜੇ ਪ੍ਰੋਫਾਈਲਸ ਨੂੰ ਉਹ ਇਨਵਾਈਟ ਕਰ ਰਹੇ ਨੇ ਤੇ ਮੈਂ ਸਿਰਫ ਇਥੇ ਕੈਨੇਡਾ ਦੀ ਗੱਲ ਕਰ ਰਿਹਾ ਹਾਂ ਇਨਵਾਈਟ ਕਰ ਰਹੇ ਨੇ ਤੇ ਪੀਆਰ ਦੇ ਰਹੇ ਆ ਤੁਹਾਡੇ ਵੱਲੋਂ ਕੋਈ ਹੋਰ ਸੁਝਾਅ ਕਿ ਜਦੋਂ ਬੰਦੇ ਨੇ ਮੰਨ ਕੇ ਚਲੋ ਕਿ ਧਾਰ ਲਿਆ ਮੈਂ ਪਰਮਾਨੈਂਟ ਰੈਜ਼ਿਡੈਂਸੀ ਅਪਲਾਈ ਕਰਨੀ ਆ ਉਹਨੇ ਘਰ ਤੋਂ ਮਨ ਬਣਾ ਲਿਆ ਕਿ ਮੈਂ ਬਿਸਮਨ ਸਿੰਘ ਜਾਂ XYZ ਕਿਸੇ ਨੂੰ ਵੀ ਮਿਲਣਾ ਤਾਂ ਅਜਿਹਾ ਕਿਹੜੇ ਸਟੈਪ ਹੈਗੇ ਸਟਾਰਟਿੰਗ ਜਿਹੜੇ ਉਹਨੂੰ ਆਪਣੇ ਲੈਵਲ ਤੇ ਪਹਿਲਾਂ ਕਰ ਲੈਣੇ ਚਾਹੀਦੇ ਤਾਂ ਜੋ ਉਹਦਾ ਸਮਾਂ ਬਰਬਾਦ ਨਾ ਹੋਵੇ ਹਮੇਸ਼ਾ ਤੋਂ ਸਾਰਿਆਂ ਨੂੰ ਇੱਕੋ ਚੀਜ਼ ਹਰ ਇੱਕ ਪਲੇਟਫਾਰਮ ਤੇ ਬੋਲਦਾਂ ਦੀ ਜਿਹੜੇ ਵੀ ਬੱਚੇ ਨੇ ਅਪਲਾਈ ਕਰਨਾ ਹੈ ਘਰਦਿਆਂ ਨਾਲ ਡਿਸਕਸ਼ਨ ਜਦੋਂ ਤੁਸੀਂ ਕਰਦੇ ਹੋ ਆਪ ਦਾ ਇੱਕ ਪਲਾਨ ਆਪ ਦਾ ਸੈੱਟ ਕਰਦੇ ਹੋ ਮੈਨੂੰ ਲੱਗਦਾ ਹਰ ਇੱਕ ਚੀਜ਼ ਲਈ ਇੱਕ ਪ੍ਰੋਫੈਸ਼ਨਲ ਹੈਲਪ ਲੈਣੀ ਬਹੁਤ ਜ਼ਰੂਰੀ ਹੈ ਬਿਲਕੁਲ ਅਸੀਂ ਇਹ ਚੀਜ਼ ਕਰ ਸਕਦੇ ਹਾਂ ਕਿ ਆਪ ਵੀ ਅਪਲਾਈ ਕਰ ਸਕਦੇ ਹੋ ਪੜਾ ਲਿਖਾ ਬੱਚਾ ਆਪ ਵੀ ਕਰ ਸਕਦਾ ਹੈ ਜੀ ਬਹੁਤ ਵਧੀਆ ਗੱਲ ਹੈ ਬਟ ਜਿੱਥੇ ਅਸੀਂ ਐਜ਼ ਕੰਸਲਟੈਂਟਸ ਅਸੀਂ ਇੰਨੇ ਐਪਲੀਕੇਸ਼ਨਸ ਨੂੰ ਥਰੂ ਕਰਦੇ ਇੰਨੇ ਐਪਲੀਕੇਸ਼ਨਸ ਅਸੀਂ ਪ੍ਰੋਸੈਸ ਕਰਦੇ ਸਾਨੂੰ ਹਰ ਇੱਕ ਐਪਲੀਕੇਸ਼ਨ ਇੱਕ ਲਰਨਿੰਗ ਦੇ ਕੇ ਜਾਂਦੀ ਹੈ ਮੈਂ ਤੁਹਾਡਾ ਆਪਣਾ ਦੀਦਾਰ ਸਿੰਘ ਸੰਧੂ ਹਾਜ਼ਰਾਂ ਪ੍ਰੋਗਰਾਮ ਲੈ ਕੇ ਮੁੱਦੇ ਦੇ ਨੇੜੇ ਹਰ ਵਾਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿਸੇ ਨਵੇਂ ਵਿਸ਼ੇ ਤੇ ਨਵੇਂ ਟੌਪਿਕ ਤੇ ਗੱਲਬਾਤ ਕੀਤੀ ਜਾਵੇ ਅੱਜ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਬਿਸਮਨ ਸਿੰਘ ਜੀ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਲੋਕ ਪਰਮਾਨੈਂਟ ਤੌਰ ਤੇ ਮਾਈਗ੍ਰੇਟ ਹੋਣਾ ਚਾਹੁੰਦੇ ਆ ਬਾਹਰ ਵਿਦੇਸ਼ਾਂ ਨੂੰ ਪੀਆਰ ਅਪਲਾਈ ਕਰਨਾ ਚਾਹੁੰਦੇ ਆ ਇੱਥੇ ਰਹਿ ਕੇ ਉਹਨਾਂ ਨੂੰ ਪਿਛਲੇ ਲੰਮੇ ਅਰਸੇ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਨੇ ਇੱਕ ਪਾਸੇ ਸਾਡਾ ਸਿਸਟਮ ਸਾਡੀ ਮੌਜੂਦਾ ਸਰਕਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰ ਰਹੀ ਹੈ ਕਿ ਜਿੰਨੀ ਵੀ ਹੋਵੇ ਮਾਈਗ੍ਰੇਸ਼ਨ ਰੋਕੀ ਜਾਵੇ ਆਈਲੈਂਡ ਸੈਂਟਰ ਘਟਾਏ ਜਾਣ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੇ ਵਿੱਚ ਰੁਜ਼ਗਾਰ ਦਿੱਤਾ ਜਾਵੇ ਤੇ ਦੂਸਰੇ ਪਾਸੇ ਬਹੁਤ ਸਾਰੇ ਲੋਕਾਂ ਦਾ ਦਿਨ ਬਾ ਦਿਨ ਰੁਝਾਨ ਵਧ ਰਿਹਾ ਵਿਦੇਸ਼ ਜਾਣ ਦਾ ਚਾਹੇ ਉਹਦੇ ਲਈ ਇੱਥੇ ਮੌਜੂਦਾ ਸਿਸਟਮ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਚਾਹੇ ਰੁਜ਼ਗਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਚਾਏ ਗੈਂਗਵਾਰ ਨੂੰ ਜ਼ਿੰਮੇਵਾਰ ਠਹਿਰਾ ਜਾਵੇ ਤੇ ਪਤਾ ਨਹੀਂ ਹੋਰ ਇਹ ਸੂਚੀ ਬਹੁਤ ਲੰਮੀ ਆ ਜੇ ਅਗਰ ਆਪਾਂ ਇਸ ਤੇ ਚਰਚਾ ਕਰਨ ਬੈਠੀਏ ਤਾਂ ਇਹ ਬਹੁਤ ਹੀ ਜ਼ਿਆਦਾ ਲੰਮਾ ਇਸ ਤੇ ਵਿੱਚ ਚਲੇ ਜਾਵਾਂਗੇ ਹਰ ਬੰਦੇ ਦਾ ਕੋਈ ਨਾ ਕੋਈ ਆਪਣਾ ਪਹਿਲੂ ਆ ਕਿਸੇ ਦਾ ਰੋਟੀ ਦਾ ਮਸਲਾ ਕਿਸੇ ਦਾ ਸੋਸ਼ਲ ਸਟੇਟਸ ਦਾ ਰਬਲਾ ਕਿਸੇ ਕਿਸੇ ਦਾ ਕੋਈ ਨਾ ਕੋਈ ਡਾਇਰੈਕਟ ਜਾਂ ਇਨਡਾਇਰੈਕਟ ਤਰੀਕੇ ਦੇ ਨਾਲ ਪਹਿਲੂ ਬਣਿਆ ਵਾ ਕਿ ਉਹ ਇੱਥੇ ਰਹਿ ਕੇ ਕਾਰੋਬਾਰ ਨਹੀਂ ਕਰਨਾ ਚਾਹੁੰਦਾ ਬਹੁਤ ਸਾਰੇ ਲੋਕਾਂ ਦੇ ਵਿੱਚ ਜਿਹੜੀ ਹੋੜ ਆ ਜਿਹੜੀ ਇੱਕ ਦੌੜ ਲੱਗੀ ਹੋਈ ਆ ਕਿ ਜਲਦੀ ਤੋਂ ਪਹਿਲਾਂ ਸੈਟਲ ਹੋਇਆ ਜਾਵੇ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਲੋਕ ਆ ਉਹ ਸਟੱਡੀ ਵੀਜ਼ੇ ਦਾ ਆਸਰਾ ਲੈਂਦੇ ਨੇ ਉੱਥੇ ਜਾ ਕੇ ਪੜ੍ਹਾਈ ਕਰਦੇ ਨੇ ਉਸ ਤੋਂ ਬਾਅਦ ਵਰਕ ਪਰਮਿਟ ਮਿਲਦਾ ਤੇ ਉਸ ਤੋਂ ਬਾਅਦ ਜਾ ਕੇ ਪਰਮਨੈਂਟ ਰੈ residency ਦੀ ਜਿਹੜੀ ਰੇਸ ਆ ਉਸ 'ਚ ਸ਼ਾਮਲ ਹੁੰਦੇ ਆ ਬਿਸਮਨ ਸਿੰਘ ਜੋ ਪਿਛਲੇ ਕਾਫੀ ਲੰਮੇ ਅਰਸੇ ਤੋਂ ਜਿਹੜੀਆਂ ਸਵਾਵਾਂ ਦੇ ਰਹੇ ਆ ਇਹਨਾਂ ਦਾ ਜਿਹੜਾ ਜ਼ਿਆਦਾ ਫੋਕਸ ਆ ਜਿਹੜਾ ਇਹਨਾਂ ਦਾ ਕਾਰੋਬਾਰ ਕਰਨ ਦਾ ਤਰੀਕਾ ਉਹ ਮੋਸਟਲੀ ਇਹ ਆ ਕਿ ਇੱਥੋਂ ਹੀ ਲੋਕਾਂ ਨੂੰ ਪਰਮਨੈਂਟ ਰੈਜ਼ਿਡੈਂਸੀ ਤੇ ਮਾਈਗ੍ਰੇਟ ਕੀਤਾ ਜਾਵੇ ਜਿਹੜੇ ਸਕਿਲਡ ਵਰਕਰ ਹੈਗੇ ਨੇ ਜਾਂ ਫਿਰ ਜਿਹੜੇ ਲੋਕ ਉੱਥੋਂ ਦੀ ਪਰਮਨੈਂਟ ਰੈਜ਼ਿਡੈਂਸੀ ਲੈ ਲੈਂਦੀਆਂ ਯੋਗਤਾਵਾਂ ਨੂੰ ਪੂਰੀਆਂ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਬਿਸਮਨ ਜੀ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਸਵਾਗਤ ਕਰਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਦਿਦਾਰ ਜੀ ਬੁਲਾਉਣ ਲਈ ਜੀ ਬਹੁਤ ਬਹੁਤ ਧੰਨਵਾਦ ਬਿਸਮਨ ਜੀ ਜਿੱਦਾਂ ਤੁਹਾਡਾ ਰੋਜ਼ ਦਾ ਵਾਸਤਾ ਪੈਂਦਾ ਸਰਕਾਰ ਕਹਿੰਦੀ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਜਿਹੜੀ ਮਾਈਗ੍ਰੇਸ਼ਨ ਹੈ ਜਿਹੜਾ ਪ੍ਰਵਾਸ ਇਹਨੂੰ ਘੱਟ ਕਰਨਾ ਤੁਹਾਡੀ ਇਹਦੇ ਬਾਰੇ ਕੀ رائے ਆ ਲੋਕਾਂ ਦਾ ਜਿਹੜਾ ਮੇਨ ਕਾਰਨ ਕੀ ਆ ਬਾਹਰ ਮੂਵ ਹੋਣ ਦੇਖੋ ਜਰ ਜੀ ਇੱਕ ਪਹਿਲੀ ਗੱਲ ਤਾਂ ਮਾਈਗ੍ਰੇਸ਼ਨ ਅੱਜ ਤੋਂ ਨਹੀਂ ਬੜੇ ਸਾਲਾਂ ਤੋਂ ਚੱਲ ਰਹੀ ਹੈ। ਦੂਜੀ ਗੱਲ ਪਹਿਲਾਂ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਕਿ ਪਹਿਲਾਂ ਆਪਾਂ ਰੂਟ 1 ਲੈਣੇ ਆ ਕਿ ਸਟੂਡੈਂਟ ਵੀਜ਼ੇ ਤੇ ਜਾਈਏ ਫਿਰ ਵਰਕ ਪਰਮਿਟ ਤੇ ਤੇ ਉਸ ਤੋਂ ਬਾਅਦ ਅਸੀਂ ਪੱਕੇ ਹੋਈਏ। ਉਦਾਂ ਦਾ ਹੀ ਉਦਾਂ ਦੇ ਸੈਕੜੇ ਜਿਹਨੂੰ ਕਹਿੰਦੇ ਆ ਆਪਾਂ ਪ੍ਰੋਗਰਾਮ ਚੱਲਦੇ ਜਿਹਦੇ ਰਾਹੀਂ ਤੁਸੀਂ ਡਾਇਰੈਕਟ ਪੀਆਰ ਵੀ ਇੱਥੋਂ ਲੈ ਸਕਦੇ ਹੋ ਭਾਵੇਂ ਆਸਟ੍ਰੇਲੀਆ ਹੋਵੇ ਭਾਵੇਂ ਕੈਨੇਡਾ ਹੋਵੇ। ਇੱਕ ਛੋਟਾ ਜਿਹਾ ਐਗਜ਼ਾਮਪਲ ਕੱਲ ਹੀ ਮੇਰੇ ਕੋਲ ਇੱਕ ਨੌਜਵਾਨ ਆਂਦਾ ਜੀ ਉਹ ਇੱਕ ਬਹੁਤ ਹੀ ਚੰਗੀ ਕੰਪਨੀ ਚ ਕੰਮ ਕਰਦਾ ਉਹਨੇ ਐਜ਼ ਅ ਇਲੈਕਟ੍ਰੀਸ਼ੀਅਨ ਆਪਣਾ ਡਿਪਲੋਮਾ ਕੀਤਾ ਆਈਟੀਆ ਕੀਤੀ ਹੈ ਇੱਕ ਪ੍ਰੋਫੈਸ਼ਨਲ ਵਰਕਰ ਹੈ ਜਦ ਮੈਂ ਉਹਦੇ ਤੋਂ ਉਹਦੇ ਇੱਕ ਪੇਡ এমਪਲੋਇਮੈਂਟ ਪ੍ਰੂਫ ਜਿਹਨੂੰ ਆਪਾਂ ਕਹਿੰਦੇ ਆ ਉਹ ਮੰਗਵਾਏ ਉਹ ਦੇਖੇ ਮੈਂ ਉਹ ਬੱਚੇ ਨੂੰ ਮੈਂ ਪੁੱਛੇ ਤੇਰਾ ਬਾਹਰ ਜਾਂਦਾ ਰੀਜ਼ਨ ਕੀ ਹੈ ਉਹਨੇ ਮੈਨੂੰ ਕਿਹਾ ਸਰ ਮੇਰੇ ਸਾਰੇ ਕਾਗੇ ਤੁਹਾਡੇ ਸਾਹਮਣੇ ਪਏ ਆ ਤੁਸੀਂ ਦੇਖੋ ਮੇਰੀ ਤਨਖਾਹ 10 ਤੋਂ 12000 ਰੁਪਏ ਹੈ 10 ਤੋਂ 12000 ਤਨਖਾਹ ਮਿਲਣ ਵਾਲੇ ਬੱਚੇ ਨੂੰ ਜਿਹੜਾ ਇੱਕ ਪ੍ਰੋਫੈਸ਼ਨਲ ਇਲੈਕਟ੍ਰੀਸ਼ੀਅਨ ਹੈ ਹੁਣ ਐਸੇ ਬੱਚੇ ਦੀ ਜੇ ਮੈਂ ਜੇ ਗੱਲ ਕਰਾਂ ਐਸੇ profession ਦੇ ਵਿੱਚ ਬਾਹਰ ਦੇ ਤੁਸੀਂ ਸਾਰੇ ਲੋਕ ਜਾਣਦੇ ਹੋ ਜਿਹੜੇ ਵੀ ਇਹ ਸ਼ੋਅ ਦੇਖ ਰਹੇ ਆਂ ਦਿਦਾਰ ਜੀ ਵੀ ਜਾਣਦੇ ਆ ਕਿ ਜਿਹੜਾ ਇਸ profession ਵਿੱਚ ਉੱਥੇ ਕੰਮ ਕਰਦਾ ਉਹ ਬੰਦਿਆਂ ਨੂੰ ਪਹਿਲੀ ਗੱਲ ਤਾਂ ਅਪਾਇੰਟਮੈਂਟ ਦੇਣੀ ਪੈਂਦੀ ਹੈ ਕੰਮ ਲਈ ਉਸ ਤੋਂ ਬਾਅਦ ਜੇ ਪੈਸੇ ਦੀ ਗੱਲ ਕਰੀਏ ਤੇ ਇਹਦੇ ਨਾਲੋਂ ਮੈਂ ਕਹਿੰਨਾ 100 100 ਗੁਣਾ ਵੱਧ ਉਹਨਾਂ ਨੂੰ ਤਨਖਾਹ ਮਿਲਦੀ ਹੈ ਪੈਸੇ ਕਮਾਉਂਦੇ ਆ ਸੋ ਉਹ ਸੋਸ਼ਲ ਸਿਕਿਉਰਿਟੀ ਫਾਈਨੈਂਸ਼ੀਅਲ ਸਿਕਿਉਰਿਟੀ ਸਾਰੀ ਚੀਜ਼ਾਂ ਨੂੰ ਦੇਖ ਕੇ ਲੋਕ ਬਾਰ ਨੂੰ ਭੱਜਣ ਦਾ ਕਰਦੇ ਕਿ ਜੇ ਪਰਮਨੈਂਟ ਰੈਜ਼ਿਡੈਂਸੀ ਲੈ ਸਕੀਏ ਤੇ ਬਹੁਤ ਹੀ ਵਧੀਆ ਗੱਲ ਹੈ ਇੱਕ ਪੂਰੀ ਫੈਮਿਲੀ ਪੂਰੀ ਪਰਿਵਾਰ ਲਈ ਬਿਸਮਨ ਜੀ ਜਿੱਦਾਂ ਆਪਾਂ ਪਰਮਨੈਂਟ ਰੈਜ਼ਿਡੈਂਸੀ ਦੀ ਗੱਲ ਕਰਦੇ ਹਾਂ ਕਈ ਵਾਰ ਕੀ ਹੈ ਨਾ ਸਵੇਰੇ ਕਿਸੇ ਕੰਸਲਟੈਂਟ ਦੇ ਤੁਸੀਂ ਸੋਸ਼ਲ ਮੀਡੀਆ ਤੇ ਜਾਓ ਤਾਂ ਉਹ ਕਹਿੰਦਾ ਜੀ ਵੀਜ਼ੇ ਬੰਦ ਹੋ ਗਏ ਆ। ਸ਼ਾਮ ਨੂੰ ਜਾਓ ਕਿਸੇ ਹੋਰ ਕੰਸਲਟੈਂਟ ਦੇ ਉਹ ਕਹਿੰਦਾ ਜੀ ਵੀਜ਼ੇ ਖੁੱਲ ਗਏ ਆ। ਹਾਲਾਂਕਿ ਮੈਂ ਵੀ ਇਸ ਇੰਡਸਟਰੀ ਨਾਲ ਕਾਫੀ ਲੰਮੇ ਅਰਸੇ ਤੋਂ ਜੁੜਿਆ ਹਾਂ। ਮੈਨੂੰ ਇਹ ਨਹੀਂ ਪਤਾ ਲੱਗਾ ਕਿ ਇਹ ਜਿਹੜੇ ਵੀਜ਼ੇ ਖੁੱਲਦੇ ਜਾਂ ਬੰਦ ਹੁੰਦੇ ਆ ਇਹ ਕਿੱਥੋਂ ਖੁੱਲਦੇ ਤੇ ਕਿੱਥੇ ਬੰਦ ਹੁੰਦੇ ਆ। ਔਰ ਸੈਕੰਡਰੀ ਪਰਮਾਨੈਂਟ ਰੈਜ਼ਿਡੈਂਸੀ 'ਚ ਵੀ ਅਜੇ ਆ ਕੁਝ ਹੁੰਦਾ। ਸਭ ਤੋਂ ਵੱਡੀ ਗੱਲ ਜੀ ਪਰਮਾਨੈਂਟ ਰੈਜ਼ਿਡੈਂਸੀ ਪਿਛਲੇ ਬਹੁਤ ਹੀ ਸਾਲਾਂ ਤੋਂ ਚੱਲਦੀ ਆ ਰਹੀ ਬੰਦ ਕਦੇ ਨਹੀਂ ਹੋਈਏ ਕਦੇ ਕੋਟਾ ਘਟਦਾ ਹੈ ਕਦੇ ਵਧਾ ਦਿੰਦੇ ਸਰਕਾਰ 2020 ਚ ਜਦੋਂ ਤਾਲੇ ਲੱਗੇ ਸੀ ਆਸਟ੍ਰੇਲੀਆ ਨੂੰ ਵੀ ਕੈਨੇਡਾ ਨੂੰ ਵੀ ਜਦੋਂ ਇਹਨਾਂ ਨੇ ਮਾਈਗ੍ਰੇਸ਼ਨ ਬੰਦ ਕੀਤੀ ਸੀ ਬੰਦ ਸਾਡੇ ਵੱਲੋਂ ਆਪਾਂ ਇੱਥੇ ਕਹਿੰਦੇ ਰਹੇ ਕਿ ਬੰਦ ਕੀਤੀ ਬਟ ਉਹਨੂੰ ਪੌਜ਼ ਕੀਤਾ ਗਿਆ ਹੁਣ ਜਦੋਂ ਇੰਨੇ ਟਾਈਮ ਦਾ ਡਿਫੀਸਿਟ ਵੱਧ ਗਿਆ ਇੰਨੇ ਟਾਈਮ ਦਾ ਉਹਨਾਂ ਕੋਲੇ ਸਕਿਲਡ ਮਾਈਗ੍ਰੇਸ਼ਨ ਨਹੀਂ ਹੋਈ ਲੇਬਰ ਦਾ ਘਟਾ ਹੈ ਪਲੱਸ ਤੇਜ਼ੋਰੀਆਂ ਵੀ ਖਾਲੀ ਹੋ ਰਹੀਆਂ ਹਨ ਉਹਨਾਂ ਦੀਆਂ ਹੁਣ ਮੁੜ ਕੇ ਕੋਟੇ ਵਧਾ ਕੇ ਹੁਣ ਇੱਕਦਮ ਵੀਜ਼ੇ ਦੇਣੇ ਸ਼ੁਰੂ ਕਰਤੇ ਉਹਨਾਂ ਨੇ ਇਸ ਕਈ ਵਾਰੀ ਹੁੰਦਾ ਹੈ ਕਿ ਵਿੱਚ ਲੋਕ ਕਹਿੰਦੇ ਕਿ ਹਾਂਜੀ ਮਾਈਗ੍ਰੇਸ਼ਨ ਕੰਸਲਟੈਂਟਸ ਕਹਿੰਦੇ ਕਿ ਵੀਜ਼ੇ ਬੰਦ ਹੋ ਗਏ ਫਿਰ ਵੀਜ਼ੇ ਖੁੱਲ ਗਏ ਇਹਦੇ ਤੇ ਇੱਕ ਮੈਂ ਸਭ ਤੋਂ ਵੱਡੀ ਗੱਲ ਹੈ ਜਿਹੜਾ ਕੰਸਲਟੈਂਟ ਕੋਈ ਵੀ ਇਦਾਂ ਦੀ ਨਿਊਜ਼ ਪਾ ਰਿਹਾ ਕੋਈ ਵੀ ਇਦਾਂ ਦੀ ਐਡ ਪਾ ਰਿਹਾ ਸਭ ਤੋਂ ਇੰਪੋਰਟੈਂਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਜਿਹੜਾ ਐਪਲੀਕੈਂਟ ਆਪ ਅਪਲਾਈ ਕਰਨਾ ਚਾਹੁੰਦਾ ਉਹਨੂੰ ਸਭ ਚੀਜ਼ ਆਨਲਾਈਨ ਅਵੇਲੇਬਲ ਹੈ ਜੀ ਡੇਟ ਚ ਕੀ ਹਾਂ ਕਿਹੜੀ ਚੀਜ਼ ਖੁੱਲੀ ਹੈ ਕਿਹੜੀ ਬੰਦ ਹੈ ਸਾਡੇ ਕੰਨ ਨਾਲ ਮੇਰੇ ਕੰਨ ਨਾਲ ਤੁਹਾਡੇ ਕੰਨ ਨਾਲ ਕੁਝ ਨਹੀਂ ਹੋਣਾ ਜਦ ਤੱਕ ਇੱਕ ਐਪਲੀਕੈਂਟ ਵੀ ਬੇਵਕੂਫ ਉਹਦੋਂ ਬਣਦਾ ਜਦੋਂ ਆਪ ਆਪ ਦੀ ਅੱਖਾਂ ਨੂੰ ਬੰਦ ਕਰਦਾ ਮੋਸਟਲੀ ਪਤਾ ਕੀ ਹੁੰਦਾ ਜੀ ਜਿਹੜੇ ਸਾਡੇ ਲੋਕ ਹਨ ਇੱਕ ਘਰੋਂ ਉਹ ਇਰਾਦਾ ਬਣਾ ਕੇ ਆਉਂਦੇ ਆ ਕਿ ਅਸੀਂ ਆਹ ਗੱਲ ਸੁਣਨੀ ਆ ਤਾਂ ਉਹ ਜਿਹੜਾ ਉਹਨਾਂ ਦਾ ਇਰਾਦਾ ਉਹਨਾਂ ਨੂੰ ਕਿਤੇ ਨਾ ਕਿਤੇ ਮਿਸ ਗਾਈਡ ਕਰਵਾਉਂਦਾ ਜਾਂ ਗਲਤ ਰਸਤੇ ਵੱਲ ਲੈ ਕੇ ਜਾਂਦਾ ਉਹ ਜਿਹੜਾ ਇਰਾਦਾ ਬਣਾ ਕੇ ਬਣਾ ਕੇ ਆਏ ਆਪਣੇ ਘਰ ਤੋਂ ਉਹ ਚਾਹੁੰਦੇ ਕਿ ਕੰਸਲਟੈਂਟ ਸਾਨੂੰ ਉਹੀ ਬੋਲੀ ਦੇ ਵਿੱਚ ਉਹੀ ਤਰੀਕਾ ਦੱਸੇ ਪਰ ਅਜਿਹਾ ਨਹੀਂ ਹੁੰਦਾ ਅਗਰ ਤੁਸੀਂ ਕਿਸੇ ਚੰਗੇ ਕੰਸਲਟੈਂਟ ਕੋਲ ਜਾਂਦੇ ਹੋ ਤਾਂ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਤਜਰਬੇ ਦੇ ਨਾਲ ਤੁਹਾਨੂੰ ਸਹੀ ਰਸਤੇ ਗਾਈਡ ਕਰੇ ਤੁਸੀਂ ਇਹ ਮਾਈਂਡ ਬਣਾ ਕੇ ਨਾ ਜਾਓ ਕਿ ਆਪਣੇ ਘਰੋਂ ਰਸਤਾ ਫਾਈਂਡ ਆਊਟ ਨਾ ਕਰਕੇ ਜਾਓ ਕਿ ਅਸੀਂ ਆਹ ਰਸਤਾ ਲੈਣਾ ਤੇ ਕੰਸਲਟੈਂਟ ਵੀ ਸਾਡੀ ਬੋਲੀ ਬੋਲੇ ਬਿਸਮਨ ਜੀ ਜਿੱਦਾਂ ਵੀਜ਼ੇ ਦੀ ਗੱਲ ਕਰਦੇ ਆਂ ਆਪਾਂ ਸਟੱਡੀ ਵੀਜ਼ਾ ਅਪਲਾਈ ਕਰਦੇ ਆਂ ਤਾਂ ਇੱਕ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਟੀਆਰ ਬੋਲ ਦਿੰਨੇ ਆਂ ਆਪਾਂ ਉਹਨੂੰ ਜਦੋਂ ਆਪਾਂ ਪਰਮਾਨੈਂਟ ਰੈਜ਼ੀਡੈਂਸੀ ਦੀ ਗੱਲ ਕਰਦੇ ਆਂ ਤਾਂ ਆਪਾਂ ਪਰਮਾਨੈਂਟ ਰੈਜ਼ੀਡੈਂਸੀ ਅਪਲਾਈ ਕਰਦੇ ਆਂ ਬਹੁਤ ਸਾਰੇ ਸਟੱਡੀ ਵੀਜ਼ੇ ਦੇ ਕੇਸਾਂ ਦੇ ਵਿੱਚ ਵੀਜ਼ਾ ਆਫੀਸਰ ਕੋਲ ਇੱਕ ਬੜਾ ਵਧੀਆ ਬਹਾਨਾ ਹੁੰਦਾ ਉਹ ਆਮ ਹੀ ਰਿਫਿਊਜ਼ਲ ਲੈਟਰ ਦੇ ਵਿੱਚ ਇੱਕ ਲਾਈਨ ਲਿਖ ਦਿੰਦੇ ਆ ਕਿ ਤੁਹਾਡੀ ਜਿਹੜੀ ਕੰਟਰੀ ਦੀ ਇਕਨੋਮਿਕ ਕੰਡੀਸ਼ਨ ਠੀਕ ਨਹੀਂ ਹੈਗੀ ਸਾਨੂੰ ਲੱਗਦਾ ਕਿ ਜਿਹੜੀ ਤੁਹਾਡੀ ਪ੍ਰੋਫਾਈਲ ਹੈਗੀ ਆ ਉਹ ਇਸ ਤਰੀਕੇ ਦੀ ਹੈਗੀ ਕਿ ਤੁਸੀਂ ਆਪਣੀ ਸਟੱਡੀ ਕੰਪਲੀਟ ਕਰਨ ਤੋਂ ਬਾਅ ਨਹੀਂ ਆਉਂਗੇ ਤਾਂ ਉਹ ਇਸ ਗਰਾਉਂਡ ਤੇ ਤੁਹਾਡਾ ਜਿਹੜਾ ਵੀਜ਼ਾ ਰਿਫਿਊਜ਼ ਕਰ ਦਿੰਦੇ ਆ ਜਦਕਿ ਪਰਮਨੈਂਟ ਰੈ residency ਦੇ ਵਿੱਚ ਅਜਿਹਾ ਨਹੀਂ ਹੁੰਦਾ ਤੁਸੀਂ ਪਹਿਲਾਂ ਹੀ ਇਹ ਮੰਨ ਕੇ ਚੱਲਦੇ ਹੋ ਕਿ ਅਸੀਂ ਤਾਂ ਪਰਮਨੈਂਟ ਰੈ residency ਅਪਲਾਈ ਕੀਤੀ ਅਸੀਂ ਵਾਪਸ ਨਹੀਂ ਆਉਣਾ ਤਾਂ ਇਹਦੇ ਨਾਲ ਕੋਈ ਸਕਸੈਸ ਰੇਟ ਤੇ ਵੀ ਫਰਕ ਪੈਂਦਾ ਸਟੱਡੀ ਵੀਜ਼ਾ ਨਾਲੋਂ ਪਰਮਨੈਂਟ ਰੈ residency ਦਾ ਅ ਦੋ ਗੱਲਾਂ ਇਹਦੇ ਵਿੱਚ ਦਿਦਾਰ ਜੀ ਪਹਿਲੀ ਗੱਲ ਤਾਂ ਜਦੋਂ ਆਪਾਂ ਸਟੱਡੀ ਵੀਜ਼ਾ ਅਪਲਾਈ ਕਰਦੇ ਆ ਆਪਾਂ ਇੱਕ ਜਿਹੜੀ ਸਟੇਟਮੈਂਟ ਆਫ ਪਰਪਸ ਆਪਾਂ ਲਿਖਦੇ ਆ ਬੱਚਾ ਇੱਕ ਲਿਖਦਾ ਹੈ ਉਦੇ ਵਿੱਚ ਲਿਖਿਆ ਜਾਂਦਾ ਕਿ ਮੈਂ ਆਪਣਾ ਫਿਊਚਰ ਪਰਸਪੈਕਟਿਵ ਆਹ ਕੋਰਸ ਕਰਨ ਤੋਂ ਬਾਅਦ ਕਿੱਥੇ ਦੇਖ ਰਿਹਾ ਜੇ ਉਹਦੇ ਵਿੱਚ ਆਪਾਂ ਜਿਹੜਾ ਆਪਾਂ ਤਾਂ ਦੇਖੋ ਰੀਜਨਸ ਨੂੰ ਕਾਊਂਟਰ ਕਰਨਾ ਜਿਹੜੇ ਰੀਜਨ ਉਹ ਰਿਜੈਕਸ਼ਨ ਦੇ ਪਾਉਂਦੇ ਰਹੇ ਹੈ ਹੁਣ ਵੀ ਜਿਹੜੇ ਪਾਉਂਦੇ ਹੈ ਉਹ ਕਾਊਂਟਰ ਕਰਨ ਲਈ ਸਾਨੂੰ ਆਹ ਮੈਂਸ਼ਨ ਕਰਨਾ ਮੈਂ ਜਦਕਿ ਸਾਨੂੰ ਪਤਾ ਹੁੰਦਾ ਕਿ ਬੱਚਿਆਂ ਨੇ ਉੱਥੇ ਜਾ ਕੇ ਸੈਟਲ ਹੀ ਹੋਣਾ ਪੜ ਕੇ ਵਾਪਸ ਨਹੀਂ ਆਉਣਾ ਪੜ ਕੇ ਵਰਕ ਪਰਮਿਟ ਤੇ ਕੰਮ ਕਰਕੇ ਵਾਪਸ ਨਹੀਂ ਆਉਣਾ ਚੰਗਾ ਭਵਿੱਖ ਦੇ ਦੇਖਣਾ ਤੇ ਬੱਚਾ ਉੱਥੇ ਆਪ ਸੈਟਲ ਹੋਊਗਾ ਬਟ ਜਦੋਂ ਸਟੇਟਮੈਂਟ ਆਫ ਪਰਪਸ ਆਪਾਂ ਬਣਾਉਨੇ ਆ ਜਾਂ ਬੱਚਾ ਬਣਾਉਂਦਾ ਹੈ ਉਹਦੇ ਵਿੱਚ ਬੱਚਾ ਲਿਖਦਾ ਹੈ ਕਿ ਮੈਂ ਆਪ ਦਾ ਜਿਹੜਾ ਫਿਊਚਰ ਹੈ ਉਹ ਆਪਣੀ ਹੋਮ ਕੰਟਰੀ ਚ ਇਸ ਕੋਰਸ ਨੂੰ ਪੜ੍ਹ ਕੇ ਹੋਰ ਵਧੀਆ ਦੇਖਣਾ ਹੁਣ ਜੇ ਇਹੀ ਗੱਲ ਮੈਂ ਕਰਾਂ ਪਰਮਨੈਂਟ ਰੈ residenccy ਚ ਉਹਦੇ ਵਿੱਚ ਉਹਨਾਂ ਦੀ ਇੱਕ ਪ੍ਰੀ ਰਿਕਵਿਜ਼ਿਟ ਰਿਕੁਆਇਰਮੈਂਟਸ ਹੁੰਦੀਆਂ ਸਰਕਾਰਾਂ ਦੀਆਂ ਉਹ ਰਿਕੁਆਇਰਮੈਂਟ ਨੂੰ ਫੁੱਲਫਿਲ ਕਰਨਾ ਜਿਵੇਂ 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ ਜਾਂ 4 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ ਜਾਂ 5 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ ਬੈਚਲਰ ਡਿਗਰੀ ਮਿਨੀਮਮ ਚਾਹੀਦੀ ਹੈ ਕੁਝ ਕੇਸਿਸ ਸਿਰਫ ਡਿਪਲੋਮੇ ਦੀ ਰਿਕੁਆਇਰਮੈਂਟ ਹੈ ਆਪਾਂ ਜੇ ਉਹ ਰਿਕੁਆਇਰਮੈਂਟ ਪੂਰੀ ਕਰਦੇ ਆ ਜੇ ਆਇਲਸ ਸਕੋਰ ਜਿੰਨਾ ਚਾਹੀਦਾ ਹੈ ਸਰਕਾਰ ਨੂੰ ਉਹ ਚੀਜ਼ ਨੂੰ ਰਿਕੁਆਇਰਮੈਂਟ ਨੂੰ ਫੁੱਲਫਿਲ ਕਰਦੇ ਆ ਤੇ ਅਸੀਂ ਅਪਲਾਈ ਕਰ ਸਕਦੇ ਆ ਉਹਦੇ ਚ ਅਫਸਰ ਦੀ ਡਿਸਕ੍ਰੀਸ਼ਨ ਨਹੀਂ ਹੋ ਸਕਦੀ ਪੀਆਰ ਦੇ ਵਿੱਚ ਕੀ ਹਾਂ ਮੈਂ ਵੀਜ਼ਾ ਦੇਣਾ ਮੈਨੂੰ ਲੱਗਦਾ ਤੂੰ ਵਾਪਸ ਆਏਂਗਾ ਜਾਂ ਨਹੀਂ ਆ education ਜੇ ਆਪਾਂ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ ਉਹਦੇ ਵਿੱਚ ਇਹ ਡਿਸਕ੍ਰੈਸ਼ਨਰੀ ਪਾਵਰ ਅਫਸਰ ਨੂੰ ਹੈਗੀ ਹੈ ਜਿੱਥੇ ਉਹ ਕਹਿ ਸਕਦਾ ਹੈ ਕਿ ਮੈਨੂੰ ਲੱਗਦਾ ਹੈ ਇਹ ਬੱਚਾ ਜੈਨੂਇਨ ਨਹੀਂ ਹੈ ਇਕਨੋਮਿਕ ਕੰਡੀਸ਼ਨ ਠੀਕ ਨਹੀਂ ਹੈ ਤੁਹਾਡੀ ਕੰਟਰੀ ਦੀ ਤੁਹਾਡੀ ਆਪ ਦੀ ਫੈਮਿਲੀ ਦੀ ਤੁਸੀਂ ਅਫੋਰਡ ਨਹੀਂ ਕਰ ਸਕਦੇ ਆ ਕਰ ਸਕਦੇ ਹੋ ਜਾਂ ਉਹਨਾਂ ਨੂੰ ਲੱਗਦਾ ਬੱਚਾ ਵਾਪਸ ਨਹੀਂ ਆਊਗਾ ਸੋ ਇਹ ਦੋ ਡਿਫਰੈਂਟ ਇੱਕਦਮ ਆਪੋਜ਼ਿਟ ਪ੍ਰੋਗਰਾਮਸ ਨੇ ਜਿੱਥੇ ਇੱਕ ਪਾਸੇ ਡਿਸਕ੍ਰੈਸ਼ਨਰੀ ਪਾਰ ਹੈ ਜੀ ਦੂਜੇ ਪਾਸੇ ਪੀਆਰ ਦੇ ਵਿੱਚ ਡਿਸਕ੍ਰੈਸ਼ਨਰੀ ਪਾਰ ਨਹੀਂ ਹੈ ਉਹਨਾਂ ਨੇ ਸਿਰਫ ਚੈੱਕ ਕਰਨਾ ਹੈ ਕਿ ਕ੍ਰਾਈਟੇਰੀਆ ਮੀਟ ਕਰ ਰਿਹਾ ਹੈ ਐਪਲੀਕੈਂਟ ਜਾਂ ਨਹੀਂ ਕਰ ਰਿਹਾ ਸਰ ਬਹੁਤ ਸਾਰੇ ਸਟੂਡੈਂਟ ਜਿਹੜੇ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰ ਡਿਗਰੀ ਲਈ ਆਸਟ੍ਰੇਲੀਆ ਪੜ੍ਹਾਈ ਕਰਨ ਜਾਂਦੇ ਆ ਜਾਂ ਫਿਰ ਕੈਨੇਡਾ ਪੜ੍ਹਾਈ ਕਰਨ ਜਾਂਦੇ ਆ ਕਿਸੇ ਕੋਲੇ 2 ਸਾਲ ਦਾ ਤਜਰਬਾ ਕਿਸੇ ਕੋਲੇ 3 ਸਾਲ ਦਾ ਜਾਂ ਕਿਸੇ ਕੋਲੇ 4 ਸਾਲ ਦਾ ਮੈਨੂੰ ਲੱਗਦਾ ਸਾਰੇ ਹੀ ਉਹ ਸਟੂਡੈਂਟ ਜਿਦੇ ਕੋਲੇ ਗ੍ਰੈਜੂਏਸ਼ਨ ਤੋਂ ਬਾਅਦ ਤਜਰਬਾ ਹੈਗਾ ਉਹ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਕੈਨੇਡਾ ਜਾਂ ਆਸਟ੍ਰੇਲੀਆ ਲਈ ਫਿੱਟ ਬੈਠਦੇ ਉਹ ਆਪਣੀ ਪਰਮਨੈਂਟ ਰੈਜ਼ਿਡੈਂਸੀ ਅਪਲਾਈ ਕਰ ਸਕਦੇ ਆ ਅਗਰ ਉਹ ਕਿਸੇ ਸਮਝਦਾਰ ਤੇ ਚੰਗੇ ਕੰਸਲਟੈਂਟ ਕੋਲ ਜਾਂਦੇ ਆ ਤਾਂ ਉਹ ਅਜਿਹੇ ਬੱਚੇ ਵੀ ਬਹੁਤ ਸਾਰੇ ਸਟੱਡੀ ਵੀਜ਼ਾ ਵੱਲ ਭੱਜਦੇ ਆ ਇਹਦਾ ਕੀ ਕਾਰਨ ਆ ਕਿਉਂਕਿ ਸਟੱਡੀ ਵੀਜ਼ਾ ਦੀਆਂ ਤਾਂ ਬਹੁਤ ਸਾਰੀਆਂ ਫੀਸਾਂ ਵੀ ਨੇ ਉਹ ਵਾਕਈ ਪੜਨਾ ਚਾਹੁੰਦੇ ਨੇ ਇਆ ਫਿਰ ਉਹਨਾਂ ਕੋਲ ਜਿਹੜੀ ਇਨਫੋਰਮੇਸ਼ਨ ਆ ਉਹ ਪ੍ਰੋਪਰ ਨਹੀਂ ਹੈਗੀ ਜਾਂ ਫਿਰ ਉਹ ਛੇਤੀ ਸਾਰਾ ਕੁਝ ਲੈਣਾ ਚਾਹੁੰਦੇ ਆ ਕਿ ਇੱਥੇ ਪਰਮਨੈਂਟ ਰੈਜ਼ਿਡੈਂਸੀ ਦੇ ਕੇਸ ਤੇ ਟਾਈਮ ਲੱਗਦਾ ਉਹ ਵੇਟ ਨਹੀਂ ਕਰਨਾ ਚਾਹੁੰਦੇ ਤੁਹਾਨੂੰ ਕਿਹੜਾ ਕਾਰਨ ਲੱਗਦਾ ਜਿਹੜਾ ਉਹਨਾਂ ਨੂੰ ਸਟੱਡੀ ਵੀਜ਼ਾ ਬਲ ਮੋਲਡ ਕਰਦਾ ਥੀਸ ਆਰ ਦੀ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਕਿਆ ਸੀਗਾ ਕਿ ਸਰਕਾਰਾਂ ਕਰਕੇ ਵੀ ਕੀ ਇਫੈਕਟ ਪੈਂਦਾ ਇੱਥੇ ਜਿੱਥੇ ਇੱਕ ਸਟੂਡੈਂਟ ਬੈਚਲਰ ਡਿਗਰੀ ਕਰਕੇ 2-3 ਸਾਲ ਦਾ ਤਜਰਬਾ ਲੈ ਕੇ ਜਦੋਂ ਉਹ ਪੀਆਰ ਅਪਲਾਈ ਕਰ ਸਕਦਾ ਹੈ ਸਾਡੇ ਵੱਲ ਜਾਂ ਸਾਡੇ ਕੋਲੇ ਜਦੋਂ ਇਹ ਜਿਹੇ ਐਪਲੀਕੈਂਟਸ ਆਉਂਦੇ ਅਸੀਂ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਤੁਸੀਂ ਪੀਆਰ ਲਈ एलिਜੀਬਲ ਹੋ ਬਟ ਉਹ ਪ੍ਰੋਫੈਸ਼ਨਲ ਆਪਣੇ ਪ੍ਰੋਫੈਸ਼ਨ ਵਿੱਚ ਜਾ ਕੇ ਕੰਮ ਕਰਕੇ ਜਉ ਦੇਖਦੇ ਕਿ ਉਹ ਇੱਕ ਐਵਰੇਜ ਪੇ ਸਕੇਲ ਹੈ ਉਸ ਤੋਂ ਵੀ ਥੱਲੇ ਉਹਨਾਂ ਨੂੰ ਤਨਖਾਹ ਮਿਲਦੀ ਹੈ ਉਸ ਤੋਂ ਬਾਅਦ ਕੋਈ ਜੌਬ ਸਿਕਿਉਰਿਟੀ ਨਹੀਂ ਹੈਗੀ ਮਤਲਬ ਸਰਕਾਰਾਂ ਤੋਂ ਸਾਡੇ ਇੱਥੇ ਦੇ ਸਿਸਟਮ ਤੋਂ ਉਹ ਬੱਚੇ ਇਹਨੇ ਅੱਕ ਚੁੱਕੇ ਆ ਕਿ ਉਹ ਚਾਹੁੰਦੇ ਆ ਕਿ ਭਾਵੇਂ ਸਾਡਾ 10-12 ਲੱਖ ਰੁਪਏ ਵੱਧ ਲੱਗੇ ਬਟ ਅਸੀਂ ਤਿੰਨ ਜਾਂ ਚਾਰ ਮਹੀਨੇ ਚ ਨਿਕਲ ਜਾਈਏ ਇੱਥੋਂ ਆਪਾਂ 10 ਤੋਂ 12 ਮਹੀਨੇ ਜਾਂ 8 ਤੋਂ 10 ਮਹੀਨੇ ਵੇਟ ਕਰਕੇ ਪੀਆਰ ਦੀ ਵੇਟ ਨਹੀਂ ਕਰਨੀ ਅਸੀਂ ਚਾਹੁੰਦੇ ਆ ਕਿ ਬਸ 3-4 ਮਹੀਨੇ 'ਚ ਇਹ ਮੈਂ ਸਿਰਫ ਐਪਲੀਕੈਂਟਸ ਦੀ ਗੱਲ ਨਹੀਂ ਹੈਗੀ ਇਹ ਪੇਰੈਂਟਸ ਦਾ ਵੀ ਇਹੀ ਮਾਈਂਡਸੈਟ ਹੈ ਕਿ ਜੇ ਬੱਚੇ ਨੇ ਸੋਚਿਆ ਹੁਣ ਬਾਹਰ ਜਾਣਾ ਹੈ ਤੇ ਬੱਚਾ 4 ਜਾਂ 5 ਮਹੀਨੇ 'ਚ ਨਿਕਲ ਜਾਵੇ ਜਿੱਤੇ ਕੀ ਇੱਕ ਪੀਆਰ ਦੀ ਐਪਲੀਕੇਸ਼ਨ ਨੂੰ ਥਰੂ ਕਰਾਉਣ ਲਈ ਘੱਟੋ ਘੜੀ ਤੋਂ 10 ਤੋਂ 12 ਮਹੀਨੇ ਲੱਗਦੇ ਹੀ ਲੱਗਦੇ ਸੋ ਇਹ ਇੱਕ ਬਹੁਤ ਵੱਡਾ ਰੀਜ਼ਨ ਹੈ ਜਿੱਥੇ ਬੱਚੇ ਸਿਸਟਮ ਤੋਂ ਮਾਪਿਓ ਸਿਸਟਮ ਤੋਂ ਇੰਨੇ ਅੱਕ ਚੁੱਕੇ ਆ ਕਿ ਐਸੇ ਕਰਕੇ ਉਹ ਚਾਹੁੰਦੇ ਕਿ 10 ਬਰ ਲੱਖ ਰੁਪਏ ਵੱਧ ਲੱਗਦਾ ਲੱਗ ਜਾਵੇ ਬਟ ਬੱਚਾ ਛੇਤੀ ਨਿਕਲ ਜਾਵੇ ਸਰ ਜਿੱਦਾਂ ਤੁਸੀਂ ਕੀਤਾ ਵੀ ਹਰ ਬੰਦਾ ਚਾਹੁੰਦਾ ਕਿ ਮੇਰਾ ਬੱਚਾ ਛੇਤੀ ਨਿਕਲ ਜਾਵੇ ਫਿਰ ਵੀ ਕਿਤੇ ਨਾ ਕਿਤੇ ਜਦੋਂ ਇੰਡੀਆ ਤੋਂ ਮਾਈਗ੍ਰੇਸ਼ਨ ਦੀ ਗੱਲ ਆਉਂਦੀ ਆ ਕੁਝ ਲੋਕ ਯੂਐਸਏ ਮਾਈਗ੍ਰੇਟ ਕਰ ਸਕਦੇ ਨੇ ਐਚ1 ਤੇ ਜਾਂ ਗ੍ਰੀਨ ਕਾਰਡ ਤੇ ਜਿਨ੍ਹਾਂ ਦੇ ਫੈਮਿਲੀ ਰਿਲੇਸ਼ਨਸ ਹੈਗੇ ਨੇ ਕੈਨੇਡਾ ਦੀ ਪਰਮਨੈਂਟ ਰੈਜ਼ੀਡੈਂਸੀ ਅਪਲਾਈ ਕਰ ਸਕਦੇ ਨੇ ਨਿਊਜ਼ੀਲੈਂਡ ਦੀ ਕਰ ਸਕਦੇ ਆਸਟ੍ਰੇਲੀਆ ਦੀ ਇਸ ਤੋਂ ਇਲਾਵਾ ਡੈਨਮਾਰਕ ਬਾਰੇ ਵੀ ਸੁਣਿਆ ਕਈ ਵਾਰ ਹੋਰ ਵੀ ਕੋਈ ਕੰਟਰੀਆਂ ਹੈਗੀਆਂ ਜਿਨ੍ਹਾਂ 'ਚ ਜਿਹੜਾ ਕੈਂਡੀਡੇਟ ਉਹ ਤੋਂ ਡਾਇਰੈਕਟ ਪਰਮਨੈਂਟ ਰੈਜ਼ੀਡੈਂਸੀ ਤੇ ਮੂਵ ਕਰ ਸਕਦਾ ਅ ਹੁਣੇ ਥੋੜੇ ਟਾਈਮ ਪਹਿਲਾਂ ਯੂਕੇ ਗਵਰਨਮੈਂਟ ਨੇ 2020 ਵਿੱਚ ਅਨਾਉਂਸ ਕੀਤਾ ਸੀ ਹਲੇ ਉਹ ਪ੍ਰੋਗਰਾਮ ਐਗਜ਼ਿਸਟੈਂਸ ਆਇਆ ਨਹੀਂ ਹੈ ਜਿੱਥੇ ਉਹ ਸਕਿਲਡ ਮਾਈਗ੍ਰੇਸ਼ਨ ਦੇ ਬੇਸਿਸ ਤੇ ਜਿਵੇਂ ਆਸਟ੍ਰੇਲੀਆ ਜਾਂ ਕੈਨੇਡਾ ਕਰਦਾ ਉਹਨਾਂ ਦੇ ਹੀ ਸਿਮਿਲਰ ਪ੍ਰੋਗਰਾਮ ਲੈ ਕੇ ਆਉਣਗੇ ਉਹ ਤਾਂ ਕਿ ਯੂਕੇ ਵਿੱਚ ਵੀ ਸਕਿਲਡ ਮਾਈਗ੍ਰੈਂਟਸ ਨੂੰ ਬੁਲਾਇਆ ਜਾਵੇ ਪਹਿਲਾਂ ਜਿੱਥੇ ਆਪਾਂ ਦੇਖਦੇ ਸੀ ਯੂਕੇ ਵਿੱਚ ਇਹਨੇ ਬੱਚੇ ਨਹੀਂ ਸੀ ਜਾਂਦੇ ਸਟੂਡੈਂਟ ਵੀਜ਼ਾ ਤੇ ਜਾਂ ਕੰਸਲਟੈਂਟ ਵੀ ਪ੍ਰਮੋਟਿੰਗ ਨਹੀਂ ਸੀ ਕਰਦੇ ਹੁਣ ਬੱਚਿਆਂ 'ਚ ਵੀ ਹੋੜ ਲੱਗੀ ਹੋਈ ਹੈ ਕੰਸਲਟੈਂਟ ਵੀ ਪ੍ਰਮੋਟ ਕਰਦੇ ਕਿਉਂਕਿ ਉੱਤੇ ਪੋਸਟਡਿਡ ਵਰਕ ਪਰਮਿਟ ਮਿਲਣਾ ਸ਼ੁਰੂ ਹੋ ਗਿਆ ਜਿਹਦੇ ਨਾਲ ਜੇ ਉੱਥੇ ਦਾ ਐਕਸਪੀਰੀਅੰਸ ਤੁਹਾਨੂੰ ਹੈਗਾ ਆਪਦੀ ਫੀਲਡ ਜਿੱਥੇ ਤੁਸੀਂ ਪੜ੍ਹਾਈ ਕੀਤੀ ਹੈ ਤੁਸੀਂ ਕੱਲ ਨੂੰ ਪੱਕੇ ਵੀ ਹੋ ਸਕਦੇ ਉਹ ਪ੍ਰੋਗਰਾਮ ਆਬਵੀਅਸਲੀ ਤੁਹਾਡੇ ਟਾਈਮ ਤੱਕ ਇਹਨਾਂ ਨੇ ਇੰਟਰੋਡਿਊਸ ਕਰਨਾ ਹੈ ਸਿਮਿਲਰ ਲਾਈਨਸ ਤੇ ਯੂ ਐਸ ਵੀ ਹੁਣ ਪਲਾਨ ਕਰੇ ਯੂ ਐਸ ਨੇ ਪਿੱਛੇ ਜੇ ਪਿਛਲੇ ਲਾਸਟ 1-2 ਸਾਲ ਚ ਕਿੰਨੇ ਇੰਡIAN ਸਟੂਡੈਂਟਸ ਨੂੰ ਕਿੰਨੇ ਸਟੂਡੈਂਟ ਵੀਜ਼ਾ ਤੇ ਗ੍ਰਾਂਟ ਕਰਕੇ ਬੁਲਾਇਆ ਸੋ ਉਸੇ ਲਾਈਨ ਦੇ ਵਿੱਚ ਇਹਨਾਂ ਨੇ ਸਕਿਲਡ ਮਾਈਗ੍ਰੇਸ਼ਨ ਯੂਐਸ ਨੇ ਵੀ ਸ਼ੁਰੂ ਕਰ ਕਰਨੀ ਹੈ ਜੀ ਇਹ ਉਹਨਾਂ ਨੇ ਆਬਵੀਅਸਲੀ ਆਪਣੀ ਵੈਬਸਾਈਟ ਤੇ ਵੀ ਇਹਦਾ ਜ਼ਿਕਰ ਕੀਤਾ ਹੈ ਕਿ ਵੈਰੀ ਸੂਨ ਦੇ ਆ ਰਹੀ ਕਮਿੰਗ ਅਪ ਵਿਦ ਥਿਸ ਪ੍ਰੋਗਰਾਮ ਉਹ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਉਣਗੇ ਸੋ ਹਰ ਇੱਕ ਕੰਟਰੀ ਨੇ ਹੁਣ ਹੌਲੀ ਹੌਲੀ ਰੈਲਾਈਜ਼ ਕਾਮਨਵੈਲਥ ਕੰਟਰੀਜ਼ ਦੀ ਮੈਂ ਇੱਥੇ ਗੱਲ ਕਰ ਰਿਹਾ ਉਹਨਾਂ ਨੇ ਰੈਲਾਈਜ਼ ਕਰਨਾ ਸ਼ੁਰੂ ਕਰਤਾ ਹੈ ਕਿ ਜੇ ਅਸੀਂ ਚਾਹੁੰਦੇ ਕਿ ਸਾਡੀ ਇਕਨੋਮੀ ਬੂਮ ਹੋਵੇ ਸੋ ਸਕਿਲਡ ਮਾਈਗ੍ਰੈਂਟਸ ਦਾ ਆਉਣਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਲਿਆਉਣਾ ਬਹੁਤ ਜ਼ਰੂਰੀ ਹੈ ਸਰ ਜਦੋਂ ਆਪਾਂ ਪਰਮਾਨੈਂਟ ਰੈ residency ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਸਟੱਡੀ ਵੀਜ਼ਾ ਤੇ ਨਾਲੋਂ ਇਹ ਸਸਤਾ ਵੀ ਆ ਚਲੋ ਟਾਈਮ ਦਾ ਇੰਤਜ਼ਾਰ ਜ਼ਰੂਰ ਕਰਨਾ ਪੈਂਦਾ ਪਰ ਇਹਦੇ ਵਿੱਚ ਕੋਈ ਆਬਲੀਗੇਸ਼ਨਸ ਵੀ ਹੈਗੀਆਂ ਵੀ ਪਰਮਾਨੈਂਟ ਰੈ residency ਤੇ ਬੰਦਾ ਜਦੋਂ ਉੱਥੇ ਪਹੁੰਚ ਜਾਂਦਾ ਉਹਨੂੰ ਕਿਸੇ ਪ੍ਰੋਬਲਮ ਦਾ ਸਾਹਮਣਾ ਕਰਨਾ ਪਵੇ ਉਹਨੂੰ ਅੱਗੇ ਸਿਟੀਜ਼ਨਸ਼ਿਪ ਲੈਣ ਦੇ ਲਈ ਕਿੰਨਾ ਕੁ ਇੰਤਜ਼ਾਰ ਕਰਨਾ ਪੈਂਦਾ ਜਾਂ ਉੱਥੇ ਜਾ ਕੇ ਉਹਨੂੰ ਕਿਹੜੀਆਂ ਕਿਹੜੀਆਂ ਸਹੂਲਤਾਂ ਜਿਹੜੀਆਂ ਲੈਣ ਦੇ ਵਿੱਚ ਦਿੱਕਤ ਆ ਸਕਦੀ ਹੈ ਸੀ ਪਹਿਲੀ ਗੱਲ ਤਾਂ ਮੈਂ ਸਮਝਦਾ ਕਿ ਇੱਥੋਂ ਜਦੋਂ ਇੰਨੀ ਸਟਰਗਲ ਅਸੀਂ ਦੇਖੀ ਹੁੰਦੀ ਹੈ ਅਸੀਂ ਦੇਖਦੇ ਹਾਂ ਨੌਕਰੀ ਲੈਣ ਲਈ ਸਟਰਗਲ ਹੈ ਠੀਕ ਹੈ ਜੀ ਹੋਰ ਚੀਜ਼ਾਂ ਲਈ ਸਟਰਗਲ ਹੈ ਆਪਦੀ ਜੇ ਕਿਸੇ ਮੈਰਿਡ ਬੰਦਾ ਇੱਕ ਫੈਮਿਲੀ ਹੈ ਉਹਨੂੰ ਹੈਂਡਲ ਕਰਨ ਦੀ ਸਟਰਗਲ ਹੈ ਜਦੋਂ ਉਹ ਬੰਦਾ ਇੱਥੋਂ ਮਾਈਗ੍ਰੇਟ ਕਰਦਾ ਪਹਿਲੀ ਗੱਲ ਤਾਂ ਸੋਸ਼ਲ ਸਿਕਿਉਰਿਟੀ ਉਹਨਾਂ ਨੂੰ ਪਹਿਲੇ ਦਿਨ ਤੋਂ ਮਿਲਦੀ ਹੈ ਸੋ ਇਹ ਇੱਕ ਜਿਹੜਾ ਪਹਿਲਾਂ ਵੀ ਆਪਾਂ ਗੱਲ ਕੀਤੀ ਇਹ ਇੱਕ ਬਹੁਤ ਵੱਡਾ ਰੀਜ਼ਨ ਹੈ ਸੋਸ਼ਲ ਸਿਕਿਉਰਿਟੀ ਜਿਹਦੇ ਕਰਕੇ ਲੋਕ ਇਥੋਂ ਮਾਈਗ੍ਰੇਟ ਕਰਦੇ ਆਂ ਜਿਹੜੀ ਦਿੱਕਤਾਂ ਦੀ ਅਸੀਂ ਗੱਲ ਕਰ ਰਹੇ ਆਂ ਉਹ ਉੱਥੇ ਦਾ ਸਿਸਟਮ ਇੰਨਾ ਰਿਫਾਈਨਡ ਹੈ ਸਾਰਿਆਂ ਨੂੰ ਸਾਨੂੰ ਪਤਾ ਹੈ ਅਸੀਂ ਸਾਰੇ ਟਰੈਵਲਡ ਹੈਗੇ ਆਂ ਸਾਨੂੰ ਪਤਾ ਕਿ ਹਾਂ ਉੱਥੇ ਜਦੋਂ ਲੈਂਡ ਕਰਦੇ ਹੋ ਐਜ਼ ਅ ਰੈਜ਼ੀਡੈਂਟ ਤੁਸੀਂ ਗਵਰਨਮੈਂਟ ਦੀ ਇੱਕ ਰਿਸਪੌਂਸਿਬਿਲਟੀ ਬਣ ਜਾਂਦੇ ਹੋ ਜੇ ਤੁਹਾਡੀ ਪਹਿਲੀ ਗੱਲ ਤਾਂ ਦੇਖੋ ਜੇ ਆਸਟ੍ਰੇਲੀਆ ਦੀ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਇੱਥੇ ਦੇਣਾ ਚਾਹਾਂਗਾ ਜੀ ਜਦੋਂ ਤੁਸੀਂ ਇੱਥੋਂ ਆਪਣੀ ਫੈਮਿਲੀ ਨਾਲ ਮਾਈਗ੍ਰੇਟ ਕੀਤਾ ਐਜ਼ ਅ ਪਰਮਨੈਂਟ ਰੈਜ਼ੀਡੈਂਟ ਤੁਹਾਡੇ ਕੋਲ ਹਲੇ ਨੌਕਰੀ ਨਹੀਂ ਹੈਗੀ ਜਾਂ ਤੁਹਾਡਾ ਪੇ ਸਕਿੱਲ ਹਲੇ ਇੰਨਾ ਨਹੀਂ ਹੈਗਾ ਜਿੱਥੇ ਤੁਸੀਂ ਆਪਣੀ ਫੈਮਿਲੀ ਨੂੰ ਬਹੁਤ ਵਧੀਆ ਤਰੀਕੇ ਨਾਲ ਸਪੋਰਟ ਕਰ ਸਕਦੇ ਹੋ ਤੁਹਾਨੂੰ ਗਵਰਨਮੈਂਟ ਫੋਰਟ ਨਾਈਨਟੀ ਲਈ ਹਰ ਇੱਕ ਬੱਚੇ ਦਾ ਹਰ ਇੱਕ 15 ਦਿਨਾਂ ਚ ਬੱਚੇ ਦਾ ਪੈਸਾ ਤੁਹਾਡੇ ਅਕਾਊਂਟਸ ਖਾਤੇ ਵਿੱਚ ਪਾਉਂਦੀ ਹੈ ਸਾਡੀ ਗਵਰਨਮੈਂਟ ਇੱਥੇ ਨਹੀਂ ਕਰਦੀ ਇਹ ਇੱਕ ਬਹੁਤ ਵੱਡਾ ਰੀਜ਼ਨ ਹੈ ਹੁਣ ਆਹ ਇਸ ਸੀਜ ਨੂੰ ਕੁਝ ਲੋਕ ਮਿਸਯੂਜ਼ ਉੱਤੇ ਜਾ ਕੇ ਵੀ ਕਰਦੇ ਆਂ ਉਸੇ ਕਰਕੇ ਜਿਹੜੇ ਜਿੰਨੂੰ ਕਹਿੰਨੇ ਆ ਆਪਾਂ ਕੀ ਨਟ ਕੱਸ ਦਿੰਦੀ ਹੈ ਸਰਕਾਰ ਉੱਥੇ ਦੇ ਵੀ ਉੱਥੇ ਆਹ ਚੀਜ਼ ਬਹੁਤ ਕਾਮਨ ਹੈ ਜਿੱਥੇ ਏਸ਼ੀਅਨਸ ਇੰਡੀਅਨਸ ਜਾਂ ਹੋਰ ਵੀ ਕੰਟਰੀਸ ਤੋਂ ਜਦੋਂ ਲੋਕ ਮਾਈਗ੍ਰੇਟ ਕਰਦੇ ਜਦੋਂ ਉਹਨਾਂ ਨੂੰ ਪਤਾ ਹੈ ਬੈਨੀਫਿਟਸ ਸਾਨੂੰ ਮਿਲ ਰਹੇ ਨੇ ਗਵਰਨਮੈਂਟ ਤੋਂ ਉਹਦਾ ਫਾਇਦਾ ਵੀ ਚੱਕਿਆ ਜਾਂਦਾ ਸੋ ਜਿਹੜੇ ਉਸ ਤੋਂ ਬਾਅਦ ਮਾਈਗ੍ਰੈਂਟਸ ਹੁੰਦੇ ਜਦੋਂ ਹੌਲੀ ਹੌਲੀ ਮਾਈਗ੍ਰੇਟ ਕਰਨਾ ਸ਼ੁਰੂ ਕਰਦੇ ਆ ਸੋ ਉਹਨਾਂ ਦੇ ਵੀ ਨਟ ਕੱਸੇ ਜਾਂਦੇ ਆ ਉਹ ਉਥੇ ਗਲਤੀਆਂ ਕਰਕੇ ਜਿਹੜੇ ਪਹਿਲਾਂ ਵਾਲੇ ਬੰਦਿਆਂ ਨੇ ਕੀਤੀਆਂ ਸੋ ਕਿਤੇ ਨਾ ਕਿਤੇ ਜੇ ਆਪਾਂ ਜਾ ਕੇ ਸਿਸਟਮ ਦਾ ਫਾਇਦਾ ਨਾ ਚੱਕਦੇ ਹੋਏ ਅਸੀਂ ਸਿਸਟਮ ਦੇ ਨਾਲ ਰਲ ਕੇ ਕੰਮ ਕਰਾਂਗੇ ਤੇ ਮੈਨੂੰ ਲੱਗਦਾ ਜਿਹੜੀ ਮਾੜੀ-ਮੁੱਟੀ ਦਿੱਕਤ ਆਪਾਂ ਸੁਣਦੇ ਵੀ ਹੈਗੀ ਆਂ ਆਉਂਦੀਆਂ ਆ ਜਾਂ ਆਉਣਗੀਆਂ ਉਹ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਸਫਰ ਕਰਨਾ ਪੈਣਾ ਬਿਸਮਨ ਜੀ ਇੱਕ ਨਾ ਆਮ ਹੀ ਲੋਕਾਂ ਦੇ ਵਿੱਚ ਧਾਰਨਾ ਬਣ ਗਈ ਆ ਲੋਕਾਂ ਦੀ ਸੋਚ ਬਣ ਗਈ ਆ ਕਿ ਕੈਨੇਡਾ ਪੀਆਰ ਲੈਣ ਲਈ ਟ੍ਰਿਪਲ 7 8 ਬੈਂਡ ਚਾਹੀਦੇ ਆ ਹਾਈਲਾਈਟਸ ਤੋਂ ਕਿਉਂਕਿ ਬਹੁਤ ਸਾਰੇ ਲੋਕ ਸਿਰਫ ਤੇ ਸਿਰਫ ਐਕਸਪ੍ਰੈਸ ਐਂਟਰੀ ਬਾਰੇ ਔਰ ਜਿਹੜੇ ਘੱਟ ਜਾਣਕਾਰੀ ਰੱਖਣ ਵਾਲੇ ਲੋਕ ਆ ਉਹਨਾਂ ਨੂੰ ਇੰਨੀ ਗੱਲ ਸੁਣ ਕੇ ਉਹਨਾਂ ਨੂੰ ਇੰਨਾ ਮਾਈਂਡ ਦੇ ਵਿੱਚ ਇੱਕ ਕੁਐਸਚਨ ਵੜ ਗਿਆ ਕਿ ਅਗਰ ਕੈਨੇਡਾ ਦੀ ਪੀਆਰ ਇਥੇ ਅਪਲਾਈ ਕਰਨੀ ਹੈ ਤਾਂ ਸਾਨੂੰ 778 ਬੈਂਡ ਚਾਹੀਦੇ ਜਦਕਿ ਅਜੇ ਹਾਂ ਨਹੀਂ ਅਗਰ ਆਪਾਂ ਪ੍ਰੋਵਿੰਸ ਨੋਮੀਨੇਸ਼ਨ ਪ੍ਰੋਗਰਾਮ ਦੀ ਚੋਣ ਕਰਦੇ ਹਾਂ ਜਾਂ ਕਿਸੇ ਪਾਇਲਟ ਪ੍ਰੋਗਰਾਮ ਦੀ ਚੋਣ ਕਰਦੇ ਹਾਂ ਜਾਂ ਆਪਾਂ ਇਨਵੈਸਟਮੈਂਟ ਬਿਜ਼ਨਸ ਐਂਟਰਪ੍ਰੀਨਿਓਰਸ਼ਿਪ ਸਟਾਰਟਅਪ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰੋਗਰਾਮ ਹੈਗੇ ਆ ਕਿਸੇ ਵੀ ਪ੍ਰੋਗਰਾਮ ਦੀ ਚੋਣ ਕਰਦੇ ਹਾਂ ਤਾਂ ਤੁਸੀਂ ਘੱਟ ਆਈਲਟਸ ਬੈਂਡ ਦੇ ਨਾਲ ਆਈ ਥਿੰਕ 5 ਬੈਂਡ ਦੇ ਨਾਲ 4.5 ਬੈਂਡ ਦੇ ਨਾਲ ਵੀ ਕੁਝ ਪ੍ਰੋਗਰਾਮਾਂ ਦੇ ਵਿੱਚ ਆਪਣੀ ਪੀਆਰ ਅਪਲਾਈ ਕਰ ਸਕਦੇ ਹੋ ਔਰ ਘੱ ਲਿਖੇ ਹੋ ਕੇ ਵੀ ਆਮ ਪਲੱਸ 2 ਕੀਤਾ ਬੰਦਾ ਪੰਜ ਬੈਂਡ ਦੇ ਨਾਲ ਆਪਣੀ ਪੀਅਰ ਅਪਲਾਈ ਕਰ ਸਕਦਾ ਇਹ ਲੋਕਾਂ ਤੱਕ ਮੈਸੇਜ ਕਨਵੇ ਨਹੀਂ ਜਾਂਦਾ ਤੇ ਲੋਕਾਂ ਨੇ 778 ਬੈਂਡ ਦੇ ਪਿੱਛੇ ਕਈ ਬਹੁਤ ਲੰਮੇ ਸਮੇਂ ਤੋਂ ਸੰਘਰਸ਼ ਕਰੀ ਜਾਂਦੇ ਜਦ ਕਿ ਉਹਨਾਂ ਦਾ 778 ਬੈਂਡ ਲਾਈਨ ਤੋਂ ਬਾਅਦ ਵੀ ਜਿਹੜਾ ਐਕਸਪ੍ਰੈਸ ਐਂਟਰੀ ਦੇ ਵਿੱਚ ਨੰਬਰ ਨਹੀਂ ਆਉਂਦਾ ਠੀਕ ਹੈ ਜੀ ਤਾਂ ਅਜਿਹੇ ਚੱਕਰ ਦੇ ਵਿੱਚ ਉਹ ਬਹੁਤ ਆਪਣਾ ਸਮਾਂ ਬਰਬਾਦ ਕਰਦੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਜਾਂ ਹੋਰ ਕੰਟਰੀਆਂ ਦੇ ਵਿੱਚ ਵੀ ਅਜਿਹਾ ਹੈ ਜਾਂ ਇੱਕ ਸਪੈਸੀਫਿਕ ਸਕੋਰ ਲੈਣਾ ਹੀ ਪਏਗਾ ਅ ਸਹੀ ਜਿਵੇਂ ਤੁਸੀਂ ਕੈਨੇਡਾ ਬਾਰੇ ਤੁਸੀਂ ਥੋੜਾ ਆਪਣਾ ਚਾਨਣਾ ਪਾਇਆ ਕਿ ਡਿਫਰੈਂਟ ਪ੍ਰੋਗਰਾਮਸ ਨੇ ਮਤਲਬ ਮੈਂ ਕਹਿੰਨਾ ਮੈਂ ਮੈਨੂੰ ਤਾਂ ਯਾਦ ਵੀ ਨਹੀਂ ਹੋਣੇ ਕਿੰਨੇ ਪ੍ਰੋਗਰਾਮ ਨੇ ਇਹਦੇ ਇੰਨੇ ਪ੍ਰੋਗਰਾਮ ਕੈਨੇਡਾ ਵਿੱਚ ਹੈਗੇ ਜਿਹਦੇ ਤੁਸੀਂ 5 ਬੈਂਡ ਤੋਂ ਵੀ ਸ਼ੁਰੂ ਹੋ ਸਕਦੇ ਹੋ ਤੁਸੀਂ ਤੁਹਾਡੀ ਐਲੀਜੀਬਿਲਟੀ ਬਣਦੀ ਹੈ ਜੇ ਅਸੀਂ ਗੱਲ ਕਰੀ ਅਸੀਂ ਜੇ E77 ਦਾ ਜਿਹੜਾ ਇੱਕ ਦਿਮਾਗ 'ਚ ਸਾਡੇ ਇੱਕ ਜਿਹਨੂੰ ਕਹਿੰਦੇ ਡਾਊਟ ਪਿਆ ਹੋਇਆ ਹੈ ਉਹ ਇਸ ਕਰਕੇ ਪਿਆ ਕਿ ਅਸੀਂ ਸਿਰਫ ਟੌਪ ਦੀ ਚੀਜ਼ ਨਾਲ ਆਪਣੇ ਆਪ ਨੂੰ ਕੰਪੇਅਰ ਕਰਦੇ ਹਾਂ ਕਿ 877 ਹੈ ਸਾਡਾ ਸਕੋਰ ਆਹ ਜੀ 450 460 70 ਬਣ ਗਿਆ ਕੱਟਆਫ ਇੰਨਾ ਆ ਰਿਹਾ ਜੀ ਤਾਂ ਆਪਾਂ ਉਹਦੇ ਨੇੜੇ ਪਹੁੰਚਣਾ ਉਹਦੇ ਨੇੜੇ ਪਹੁੰਚਣ ਲਈ ਤੁਹਾਨੂੰ 877 ਜ਼ਰੂਰ ਚਾਹੀਦਾ ਬਟ ਇਹ ਜਿਹੇ ਪੀਐਨਪੀ ਪ੍ਰੋਗਰਾਮ ਪਾਇਲਟ ਪ੍ਰੋਗਰਾਮ ਇੰਨੇ ਪ੍ਰੋਗਰਾਮਸ ਨੇ ਜੇ ਤੁਸੀਂ 5 5.5 6 ਬੈਂਡ ਨਾਲ ਵੀ ਅਪਲਾਈ ਕਰ ਸਕਦੇ ਹੋ एलिਜੀਬਿਲਟੀ ਬਣਦੀ ਹੈ ਬਟ ਇਹ ਤੁਸੀਂ ਦੇਖਣਾ ਹੈ ਟ੍ਰੈਂਡ ਦੇ ਹਿਸਾਬ ਨਾਲ ਕਿ ਕਿਹੜੇ ਕਿਹੜੇ ਪ੍ਰੋਫਾਈਲਸ ਨੂੰ ਉਹ ਇਨਵਾਈਟ ਕਰ ਰਹੇ ਨੇ ਤੇ ਮੈਂ ਸਿਰਫ ਇਥੇ ਕੈਨੇਡਾ ਦੀ ਗੱਲ ਕਰ ਰਿਹਾ ਹਾਂ ਇਨਵਾਈਟ ਕਰ ਰਹੇ ਨੇ ਤੇ ਪੀਆਰ ਦੇ ਰਹੇ ਹੁਣ ਜੇ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਆਸਟ੍ਰੇਲੀਆ ਵਿੱਚ 877 ਦਾ ਰੋਲਾ ਨਹੀਂ ਹੈਗਾ ਜੀ ਉੱਤੇ ਤੁਸੀਂ 6 ਬੈਂਡ ਤੋਂ ਵੀ ਸ਼ੁਰੂ ਹੋ ਜਾਂਦੇ ਹੋ ਇੱਕ ਜਿਵੇਂ ਫਾਰ ਐਗਜ਼ਾਮਪਲ ਕੋਈ ਇਲੈਕਟ੍ਰੀਸ਼ੀਅਨ ਜਾਂ ਪਲੰਮਰ ਹੈ ਜੀ ਉਹ ਬੰਦੇ ਦੇ 7 ਬੈਂਡ ਤਾਂ ਨਹੀਂ ਸਕਦੇ ਜਾਂ ਆ ਵੀ ਸਕਦੇ ਤੇ ਬਹੁਤੀ ਗਿਣਤੀ ਵਿੱਚ ਵਾਧੂ ਬੰਦੇ ਇਹ ਜਿਹੜੇ 6 ਬੈਂਡ ਵੀ ਬਹੁ ਔਖੇ ਲੈਂਦੇ ਆ ਹੁਣ ਇਹ ਜੇ ਪ੍ਰੋਫਾਈਲ ਦੇ ਲਈ एलिਜੀਬਿਲਟੀ ਕਰਾਈਟੇਰੀਆ ਆਲਰੇਡੀ ਗਵਰਨਮੈਂਟ ਨੇ ਇਦਾਂ ਦਾ ਬਣਾਇਆ ਹੋਇਆ ਕਿ 6 ਬੈਂਡ ਨਾਲ ਵੀ ਮਾਈਗ੍ਰੇਸ਼ਨ ਹੋ ਸਕਦੀ ਹੈ ਇਹੀ ਗੱਲ ਮੈਂ ਕਰਾਂ ਸਾਫਟਵੇਅਰ ਇੰਜੀਨੀਅਰਸ ਦੀ ਜਾਂ ਆਈਟੀ ਇੰਜੀਨੀਅਰਸ ਦੀ ਉਹ 7 ਬੈਂਡ ਚਾਹੀਦੇ ਕਿਉਂਕਿ ਆਬਵੀਅਸਲੀ ਜੋ ਉਹਨਾਂ ਨੇ ਕੰਮ ਕਰਨਾ ਹੈ ਉਹਦੇ ਲਈ ਉਹਨਾਂ ਦੀ ਲੈਂਗੁਏਜਬਿਲਟੀ ਬੜੀ ਸਟਰੋਂਗ ਚਾਹੀਦੀ ਹੈ ਹਾਲਾਂਕਿ ਜੇ ਮੈਂ ਗੱਲ ਕਰਾਂ ਨਰਸਸ ਦੀ ਜੇ ਉਹਨਾਂ ਨੇ ਮਾਈਗ੍ਰੇਟ ਕਰਨਾ ਆਸਟ੍ਰੇਲੀਆ ਸੱਤ ਈਚ ਦੀ ਮਿਨਿਮਮ ਰਿਕੁਆਇਰਮੈਂਟ ਰੱਖੀ ਹੋਈ ਹੈ ਕਿਉਂਕਿ ਉੱਥੇ ਤੁਸੀਂ ਐਜ਼ ਅ ਨਰਸ ਜੇ ਹੈਲਥ케ਅਰ ਵਿੱਚ ਤੁਸੀਂ ਕੰਮ ਕਰਨਾ ਹੈ ਕਿਸੇ ਵੀ ਬੰਦੇ ਨੇ ਉਹ ਬੰਦਾ ਜਦੋਂ ਇੰਟਰੈਕਟ ਕਰਦਾ ਹੈ ਉੱਥੇ ਦੇ ਪੇਸ਼ੈਂਟਸ ਨਾਲ ਇਹ ਉੱਥੇ ਦੇ ਬੰਦਿਆਂ ਨਾਲ ਕਮਿਊਨੀਕੇਸ਼ਨ ਸਕਿਲਸ ਬਹੁਤ ਸ਼ਾਰਪ ਚਾਹੀਦੇ ਇਹਦੇ ਕਰਕੇ ਉਹਨਾਂ ਨੇ ਪਹਿਲੇ ਰਿਕੁਆਇਰਮੈਂਟ ਸੱਤ ਈਚ ਰੱਖੀ ਹੈ ਸੋ ਹਰ ਇੱਕ ਓਕਿਊਪੇਸ਼ਨ ਦੀ ਅਲੱਗ ਡਿਮਾਂਡ ਹੁੰਦੀ ਹੈ ਆਸਟ੍ਰੇਲੀਆ 'ਚ ਹਰ ਇੱਕ ਕੈਨੇਡਾ ਵਿੱਚ ਹਰ ਇੱਕ ਪ੍ਰੋਗਰਾਮ ਦੀ ਅੱਡਰ ਡਿਮਾਂਡ ਹੈ ਓਕਿਊਪੇਸ਼ਨ ਦੇ ਹਿਸਾਬ ਨਾਲ ਸੋ ਇਦਾਂ ਨਹੀਂ ਕਿ 877 ਵਾਲੀ ਜਾਂ 7 ਇਚ ਦੇ ਨਾਲ ਹੀ ਮਾਈਗ੍ਰੇਸ਼ਨ ਲਈਤੀ ਜਾ ਸਕਦੀ ਹੈ ਘੱਟ ਬੈਂਡ ਤੇ ਵੀ ਲਈਤੀ ਜਾ ਸਕਦੀ ਹੈ ਜੀ ਸਰ ਜਦੋਂ ਆਪਾਂ ਕੈਨੇਡਾ ਦੀ ਗੱਲ ਕਰਦੇ ਆ ਤਾਂ ਮੈਨੂੰ ਲੱਗਦਾ ਸਭ ਤੋਂ ਪਹਿਲਾ ਸਟੈਪ ਆ ECA ਕਰੈਕਟ ਐਜੂਕੇਸ਼ਨਲ ਕਰਡੈਂਸ਼ੀਅਲਸ ਅਸੈਸਮੈਂਟ ਹੈ ਬਹੁਤ ਸਾਰੇ ਲੋਕ ਇਹਨੂੰ ਵੈਸੀ ਬੋਲਦੇ ਆ ਹਾਂਜੀ ਤੁਹਾਡੇ ਵੱਲੋਂ ਕੋਈ ਹੋਰ ਸੁਝਾਅ ਕੀ ਜਦੋਂ ਬੰਦੇ ਨੇ ਮੰਨ ਕੇ ਚਲੋ ਕਿ ਧਾਰ ਲਿਆ ਮੈਂ ਪਰਮਨੈਂਟ ਰੈਜ਼ਿਡੈਂਸੀ ਅਪਲਾਈ ਕਰਨੀ ਆ ਉਹਨੇ ਘਰ ਤੋਂ ਮਨ ਬਣਾ ਲਿਆ ਕਿ ਮੈਂ ਬਿਸਮਨ ਸਿੰਘ ਜਾਂ XYZ ਕਿਸੇ ਨੂੰ ਵੀ ਮਿਲਣਾ ਤਾਂ ਅਜਿਹੇ ਕਿਹੜੇ ਸਟੈਪ ਹੈਗੇ ਸਟਾਰਟਿੰਗ ਜਿਹੜੇ ਉਹਨੂੰ ਆਪਣੇ ਲੈਵਲ ਤੇ ਪਹਿਲਾਂ ਕਰ ਲੈਣੇ ਚਾਹੀਦੇ ਤਾਂ ਜੋ ਉਹਦਾ ਸਮਾਂ ਬਰਬਾਦ ਨਾ ਹੋਵੇ ਸੀ ਇਹਦੇ ਵਿੱਚ ਮੈਂ ਹਮੇਸ਼ਾ ਤੋਂ ਸਾਰਿਆਂ ਨੂੰ ਇੱਕੋ ਚੀਜ਼ ਹਰ ਇੱਕ ਪਲੇਟਫਾਰਮ ਤੇ ਬੋਲਦਾ ਹਾਂ ਜੀ ਜਿਹੜੇ ਵੀ ਬੱਚੇ ਨੇ ਅਪਲਾਈ ਕਰਨਾ ਹੈ ਘਰਦਿਆਂ ਨਾਲ ਡਿਸਕਸ਼ਨ ਜਦੋਂ ਤੁਸੀਂ ਕਰਦੇ ਹੋ ਆਪ ਦਾ ਇੱਕ ਪਲਾਨ ਆਪ ਦਾ ਸੈੱਟ ਕਰਦੇ ਹੋ ਮੈਨੂੰ ਲੱਗਦਾ ਹਰ ਇੱਕ ਚੀਜ਼ ਲਈ ਇੱਕ ਪ੍ਰੋਫੈਸ਼ਨਲ ਹੈਲਪ ਲੈਣੀ ਬਹੁਤ ਜ਼ਰੂਰੀ ਹੈ ਬਿਲਕੁਲ ਅਸੀਂ ਇਹ ਚੀਜ਼ ਕਰ ਸਕਦੇ ਹਾਂ ਕਿ ਆਪ ਵੀ ਅਪਲਾਈ ਕਰ ਸਕਦੇ ਹੋ ਪੜਾ ਲਿਖਾ ਬੱਚਾ ਆਪ ਵੀ ਕਰ ਸਕਦਾ ਹੈ ਜੀ ਬਹੁਤ ਵਧੀਆ ਗੱਲ ਹੈ ਬਟ ਜਿੱਥੇ ਅਸੀਂ ਐਜ਼ ਕੰਸਲਟੈਂਟਸ ਅਸੀਂ ਇੰਨੇ ਐਪਲੀਕੇਸ਼ਨਸ ਨੂੰ ਥਰੂ ਕਰਦੇ ਇੰਨੇ ਐਪਲੀਕੇਸ਼ਨਸ ਅਸੀਂ ਪ੍ਰੋਸੈਸ ਕਰਦੇ ਸਾਨੂੰ ਹਰ ਇੱਕ ਐਪਲੀਕੇਸ਼ਨ ਨੂੰ ਲਰਨਿੰਗ ਦੇ ਕੇ ਜਾਂਦੀ ਹੈ ਜਿਵੇਂ ਦਿਦਾਰ ਜੀ ਨੇ ਦੱਸਿਆ ਕਿ ਵੈਸਟ ਕਰਾ ਲੈਣੇ ਆ ਜੀ ਹੁਣ WES World Education Services ਸਾਰੀ এডਿਕੇਸ਼ਨਸ ਨੂੰ ਪਹਿਲੀ ਗੱਲ ਤਾਂ ਇਵੈਲਿਊਟ ਨਹੀਂ ਕਰਦਾ ਫੋਰ ਐਗਜ਼ਾਮਪਲ ਮੈਂ ਐਮਏ ਕੀਤੀ ਹੋਈ ਹੈ ਐਮਏ ਐਮਕਾਮ ਬੀਕਾਮ ਤੋਂ ਬਾਅਦ ਇਹ ਬੀਏ ਤੋਂ ਬਾਅਦ ਉਹ ਇੱਕ ਮਾਸਟਰ ਡਿਗਰੀ ਹੈ ਸਾਡੇ ਹਿੰਦੁਸਤਾਨ ਚ ਬਟ ਜੇ ਵੈਸਟ ਤੋਂ ਮੈਂ ਉਹਦੀ ਅਸੈਸਮੈਂਟ ਕਰਾਉਣਾ ਉਹ ਮੈਨੂੰ ਮਾਸਟਰ ਦੀ ਇਕੁਲੈਂਸ ਨਹੀਂ ਦਿੰਦੇ ਮੈਂ ਉੱਥੇ ਮੇਰੇ ਪੁਆਇੰਟ ਘਟਦੇ ਸੋ ਉਹਦੇ ਲਈ ਹੋਰ ਅਸੈਸਮੈਂਟ ਬਾਡੀਜ਼ ਨੇ ਉਹ ਇੱਕ ਪ੍ਰੋਫੈਸ਼ਨਲੀ ਤੁਹਾਨੂੰ ਦੱਸ ਸਕਦਾ ਹੈ ਪਹਿਲੇ ਇਨਸਟੈਂਸ ਤੇ ਕਿ ਕਿਹੜੀ ਅਸੈਸਮੈਂਟ ਬਾਡੀ ਤੋਂ ਤੁਹਾਨੂੰ ਕਰਾਉਣਾ ਚਾਹੀਦਾ ਹੈ ਇਦੇ ਨਾਲ ਨਾ ਤੁਹਾਡੇ ਪੈਸੇ ਬਚਣਗੇ ਜਿਤਕੀ ਪੈਸੇ ਦੇ ਇਲਾਵਾ-ਇਲਾਵਾ ਤੁਹਾਡੇ ਜਿਹੜਾ ਤੁਹਾਡਾ ਟਾਈਮ ਹੈ ਕੀਮਤੀ ਸਮਾਂ ਹੈ ਉਹ ਵੀ ਬਚੂਗਾ ਸਰ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਜਿੱਦਾਂ ਮੈਂ ਅਕਸਰ ਹੀ ਕਹਿੰਦਾ ਹੁੰਨਾ ਬਹੁਤ ਸਾਰੇ ਪਲੇਟਫਾਰਮਾਂ ਤੇ ਕਈ ਬੰਦੇ ਕਹਿੰਦੇ ਜੀ ਇਹ ਟੂਰਿਸਟ ਵੀਜ਼ੇ ਚ ਰਿਫਿਊਜ਼ਲ ਆ ਗਈ ਹੁਣ ਤੁਸੀਂ ਗਾਈਡ ਕਰੋ ਇਹ ਅਸੀਂ ਆਪਣੇ ਆਪ ਹੀ ਫਾਈਲ ਕਰ ਲਿਆ ਸੀ ਪ੍ਰੋਫੈਸ਼ਨਲ ਜਾਂ ਐਕਸਪਰਟ ਬੰਦੇ ਦੀ ਜ਼ਰੂਰਤ ਕਿਉਂ ਹੈ ਕਿਉਂਕਿ YouTube ਤੇ ਵੀਡੀਓ ਪਈ ਹੁੰਦੀ ਆ ਆਪਰੇਸ਼ਨਸ ਦੀਆਂ ਵੀਡੀਓ ਵੀ ਪਈਆਂ ਮੰਨ ਕੇ ਚੱਲੋ ਸਾਡੇ ਘਰ ਦੇ ਵਿੱਚ ਕਿਸੇ ਬਜ਼ੁਰਗ ਦੇ ਗੋਡੇ ਚੇਂਜ ਕਰਨੇ ਆ ਤਾਂ ਆਈ ਥਿੰਕ YouTube ਤੇ ਉਹ ਵੀ ਵੀਡੀਓ ਪਈ ਆ ਪਰ ਅਸੀਂ ਘਰੇ ਨਹੀਂ ਕਰ ਲੈਂਦੇ ਉਹਦੇ ਲਈ ਅਸੀਂ ਇੱਕ ਪ੍ਰੋਫੈਸ਼ਨਲ ਡਾਕਟਰ ਕੋਲ ਜਾਂਦੇ ਆ ਤਾਂ ਜਿਸ ਬੰਦੇ ਦਾ ਪ੍ਰੋਫੈਸ਼ਨ ਹੈਗਾ ਜਿਸ ਕੋਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੇਸ ਸਟੱਡੀ ਹੈ ਜਾਂ ਤਜਰਬਾ ਹੈਗਾ ਕਾਰੋਬਾਰ ਦਾ ਤੇ ਉਸ ਦੀ ਸਲਾਹ ਲੈਣੀ ਲਾਜ਼ਮੀ ਆ ਜਦੋਂ ਤੁਸੀਂ ਕੋਈ ਨਵੀਂ ਡਾਇਰੀ ਖਰੀਦਦੇ ਹੋ ਤਾਂ ਉਹਦੇ ਸ਼ਾਇਦ ਪਹਿਲੇ ਪੰਨੇ ਤੇ ਜਿੱਥੇ ਤੁਸੀਂ ਆਪਣਾ ਬਰੀਫ ਸਮਰੀ ਸਾਰੀ ਫਿਲ ਕਰਦੇ ਹੋ ਤਾਂ ਉੱਥੇ ਇੱਕ ਕਾਲਮ ਆਉਂਦਾ ਕਿ ਤੁਹਾਡਾ ਟ੍ਰੈਵਲ ਏਜੰਟ ਜਾਂ ਟ੍ਰੈਵਲ ਕੰਸਲਟੈਂਟ ਕੌਣ ਆ ਕਿਉਂਕਿ ਜਿਸ ਬੰਦੇ ਨੂੰ ਤੁਹਾਡੇ ਬੱਚਿਆਂ ਦਾ ਨੇਚਰ ਪਤਾ ਉਹਨਾਂ ਦੀ ਕੁਆਲੀਫਿਕੇਸ਼ਨ ਪਤਾ ਤੁਹਾਡੀ ਫੰਡਿੰਗ ਬਾਰੇ ਜਾਣਕਾਰੀ ਆ ਉਹ ਤੁਹਾਡੇ ਲਈ ਉਦਾਂ ਦੀ ਜੇ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਉਦਾਂ ਦੀ ਡੈਸਟੀਨੇਸ਼ਨ ਫਾਈਂਡ ਕਰੂਗਾ ਉਦਾਂ ਦੀ ਯੂਨੀਵਰਸਿਟੀ ਫਾਈਂਡ ਕਰੂਗਾ ਆਪਾਂ ਸੁਭਾਵਿਕ ਤੌਰ ਤੇ ਇੱਕ ਦੂਜੇ ਤੋਂ ਜਾਣੂ ਹੋ ਜਾਣੇ ਸੋ ਕੰਸਲਟੈਂਟ ਵੀ ਇਕੱਲਾ ਇੱਕ ਸਿਆਣਾ ਜਾਂ ਪੜਿਆ ਲਿਖਿਆ ਹੋਣਾ ਨਹੀਂ ਕੰਸਲਟੈਂਟ ਪਰਿਵਾਰਕ ਕੰਸਲਟੈਂਟ ਹੋਣਾ ਵੀ ਬਹੁਤ ਜ਼ਰੂਰੀ ਆ ਤੁਹਾਡੇ ਪਰਿਵਾਰ ਦਾ ਕੋਈ ਕੰਸਲਟੈਂਟ ਹੋਵੇ ਜਿਹੜਾ ਤੁਹਾਡੇ ਮਤਲਬ ਹਰ ਚੀਜ਼ ਨੂੰ ਸਮਝਦਾ ਹੋਵੇ ਕੁਝ ਗੱਲਾਂ ਹੁੰਦੀਆਂ ਜਿਹੜੀਆਂ ਅਸੀਂ ਬੋਲ ਕੇ ਡਿਸਕ੍ਰਾਈਬ ਨਹੀਂ ਕਰ ਸਕਦੇ ਉਹ ਉਹਨਾਂ ਨੂੰ ਵੀ ਸਮਝਦਾ ਹੋਵੇ ਤਾਂ ਜੋ ਉਹ ਤੁਹਾਨੂੰ ਪ੍ਰੋਪਰ ਗਾਈਡੈਂਸ ਦੇ ਸਕੇ ਆਪਾਂ ਬੱਚਿਆਂ ਦਾ ਜਿਹੜਾ ਫਿਊਚਰ ਆ ਉਹਦੇ ਨਾਲ ਖਲਵਾੜ ਨਾ ਕਰੀਏ ਇਹ ਨਹੀਂ ਕਿ ਕੋਈ ਵੀ ਬੰਦਾ ਜਿੱਥੇ ਮਰਜ਼ੀ ਦੁਕਾਨਦਾਰੀ ਕੋਲ ਕੇ ਬੈਠਾ ਹੋ ਪਾ ਉਹਦੇ ਕੋਲ ਜਾਈਏ ਤੇ ਉਹਨੇ ਕੇਸ ਫਾਈਲ ਕਰਤਾ ਬਹੁਤ ਸਾਰੇ ਅਜਿਹੇ ਕੇਸ ਦੇਖਣ ਦੇ ਵਿੱਚ ਆਉਂਦੇ ਆ ਜਿਨ੍ਹਾਂ ਦੇ ਵਿੱਚ ਨਿੱਕੀਆਂ-ਨਿੱਕੀਆਂ ਕੰਸਲਟੈਂਟ ਦੀਆਂ ਗਲਤੀਆਂ ਕਰਕੇ ਬੱਚਿਆਂ ਦਾ ਜਿਹੜਾ ਫਿਊਚਰ ਆ ਉਹ ਬਰਬਾਦ ਹੋ ਜਾਂਦਾ ਜਾਂ ਉਹਨਾਂ ਦੇ ਅੱਗੇ ਰਸਤੇ ਬੰਦ ਹੋ ਜਾਂਦੇ ਨੇ ਬਹੁਤ ਸਾਰੇ ਲੋਕ ਤੁਹਾਨੂੰ ਗਾਈਡ ਕਰਦੇ ਆ ਕਈ ਤਰ੍ਹਾਂ ਦੇ ਫੇਕ ਡਾਕੂਮੈਂਟ ਲਾਉਣ ਵਾਸਤੇ ਤੇ ਕੋਸ਼ਿਸ਼ ਕਰਨੀ ਚਾਹੀਦੀ ਆ ਵੀਜ਼ਾ ਰਿਫਿਊਜ਼ ਹੋਣਾ ਕੋਈ ਵੱਡੀ ਗੱਲ ਨਹੀਂ ਹੈਗੀ ਵੀਜ਼ਾ ਕਿਸੇ ਦਾ ਵੀ ਰਿਫਿਊਜ਼ ਹੋ ਸਕਦਾ ਬਟ ਇੱਕ ਫੇਕ ਡਾਕੂਮੈਂਟ ਦੇ ਨਾਲ ਫਰੈਡੂਲੈਂਟ ਐਕਟੀਵਿਟੀ ਦੇ ਨਾਲ ਜਿਹੜਾ ਵੀਜ਼ਾ ਰਿਫਿਊਜ਼ ਹੋਣਾ ਹੈ ਬਹੁਤ ਵੱਡੀ ਗੱਲ ਆ ਸੋ ਗੱਲਾਂបਾਤਾਂ ਦਾ ਸਿਲਸਿਲਾ ਮੇਰਾ ਦਿਲ ਨਹੀਂ ਕਰਦਾ ਬੰਦ ਕਰਨੋਂ ਪਰ ਮੈਨੂੰ ਸਮਾਂ ਇਜਾਜ਼ਤ ਨਹੀਂ ਦਿੰਦਾ ਕੋਸ਼ਿਸ਼ ਕਰੂੰਗਾ ਕਿ ਅਗਲੀ ਵਾਰ ਫੇਰ ਕਿਸੇ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਈਏ ਮੈਂ ਤਹਿ ਦਿਲ ਦੀਆਂ ਗਹਿਰਾਈਆਂ ਤੋਂ ਬਿਸਮਨ ਜੀ ਦਾ ਇੱਕ ਵਾਰ ਫੇਰ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਇੱਥੇ ਸਾਡੇ ਦਰਸ਼ਕਾਂ ਦੇ ਨਾਲ ਇੰਨੀ ਵੈਲਿਊਏਬਲ ਜਿਹੜੀ ਇਨਫੋਰਮੇਸ਼ਨ ਸਾਂਝੀ ਕੀਤੀ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ